ਜਿਹੜੀ ਖੁਦਮੁਖਤਿਆਰੀ ਸੀ ਸਿੱਖਿਆ ਦੇ ਵਿੱਚ ਉਹ ਇਹ ਕਿ ਖੁਦਮੁਖਤਿਆਰੀ ਕੇਵਲ ਪ੍ਰਬੰਧ ਅਤੇ ਉਹਨਾਂ ਦੇ ਵਪਾਰ ਵਿੱਚ ਰਹਿ ਗਈ। ਉਹਨਾਂ ਨੇ ਕੀ ਪੜਾਉਣਾ ਇਹ ਅਜੇ ਵੀ UGC ਨਿਸ਼ਚਿਤ ਕਰਦੀ। ਇਹਨਾਂ ਇੱਜ਼ਤਦਾਰ ਢਾਂਚੇ ਦਾ ਵਪਾਰੀਕਰਨ ਕਰ ਦਿੱਤਾ, ਮੁਨਾਫਾ ਕੇਂਦਰਿਤ ਹੋ ਗਿਆ ਅਤੇ ਸਾਰਾ ਕੁਝ ਇੰਨਾ ਜ਼ਿਆਦਾ ਸੈਕੰਡਰੀ ਕਰ ਦਿੱਤਾ ਕਿ ਸਕੂਲਾਂ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ ਜੇ ਤੁਸੀਂ ਹੱਟੀ ਪੱਠੀ ਦੁਕਾਨ ਵੀ ਕਹਿ ਲਓ ਤਾਂ ਮੈਨੂੰ ਲੱਗਦਾ ਕੋਈ ਬਾਹਲਾ ਵਧੇਰੇ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਅਧਕਥ ਨਹੀਂ ਕਹਿ ਰਹੇ। ਸਭ ਤੋਂ ਵੱਡੀ ਜਿਹੜੀ ਅਗਲਾ ਨੁਕਸਾਨ ਹੋਇਆ ਕਿ ਅਯੋਗ ਡਿਗਰੀਧਾਰੀ ਪੈਦਾ ਹੋਏ, ਉਹ ਬੰਦਿਆਂ ਨੂੰ ਡਿਗਰੀਆਂ ਮਿਲ ਗਈਆਂ ਜਿਹੜੇ ਬੰਦੇ ਅਯੋਗ ਨੇ 2019 'ਚ। ਉਹ ਕਹਿੰਦੇ 80% ਤੋਂ ਵੱਧ ਜਿਹੜੇ ਇੰਜੀਨੀਅਰ ਨੇ ਉਹ ਡਿਗਰੀ ਹੈਗੀ ਉਹਨਾਂ ਕੋਲ ਪਰ ਕੰਮ ਨਹੀਂ ਆਉਂਦਾ। ਪੰਜਾਬ ਦੇ ਹਿੰਦੂ ਵੀ ਇਹ ਬਿਲਕੁਲ ਨਾ ਸੋਚ ਲੈਣ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆ ਜਾਂ ਰਾਸ਼ਟਰੀਕਰਨ ਹੈ ਇਹ ਉਹਨਾਂ ਦਾ ਫਾਇਦਾ ਪੂਰਾ ਨਹੀਂ ਕਰਨਾ। ਬਸ ਇਹ ਆ ਵੀ ਤੁਸੀਂ ਇਹ ਰਿਵਾਜ਼ ਦੇ ਵਿੱਚ ਫਿਰੀ ਜਾਓ ਅਤੇ ਤੁਹਾਨੂੰ ਉਹਦਾ ਫਾਇਦਾ ਕੋਈ ਨਹੀਂ ਹੋਣਾ, ਨੁਕਸਾਨ ਹੀ ਹੋਣਾ। ਸਟੇਜ 'ਤੇ ਬਿਰਾਜਮਾਨ ਅਤੇ ਸਾਹਮਣੇ ਸਾਰੇ ਹਾਜ਼ਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੋਂ 150-200 ਸਾਲ ਪਹਿਲਾਂ ਸਿੱਖਿਆ ਜਿਹੜਾ ਉਹ ਏਡਾ ਵੱਡਾ ਵਰਤਾਰਾ ਨਹੀਂ ਸੀ, ਉਦੋਂ ਸਿੱਖਿਆ ਬਹੁਤ ਥੋੜ੍ਹੇ ਲੋਕ ਲੈਂਦੇ ਸੀ। ਹੁਣ ਜਿਹੜਾ ਨਿਆਣਾ ਜੰਮਦਾ, ਹਰ ਜੰਮਣ ਵਾਲਾ ਨਿਆਣਾ ਸਿੱਖਿਆ ਖੇਤਰ ਵਿੱਚ ਹੋ ਕੇ ਆਉਂਦਾ ਅਤੇ ਉਹ ਨਿਆਣੇ ਨੂੰ ਜੇ ਤੁਸੀਂ ਨਹੀਂ ਕੁਝ ਸਿਖਾਓਗੇ ਤਾਂ ਉਸ ਨੂੰ ਕੋਈ ਹੋਰ ਸਿਖਾ ਦੇਵੇਗਾ ਅਤੇ ਉਹ ਸਿੱਖ ਕੇ ਵੱਡਾ ਹੋ ਕੇ ਤੁਹਾਡੇ ਸਾਹਮਣੇ ਕੀ ਪੇਸ਼ ਹੋਣਾ ਉਹ ਫਿਰ ਉਹੀ ਹੋਣਾ ਜੋ ਉਹਨੇ ਬਣਿਆ ਹੋਣਾ। ਇਸ ਲਈ ਇਹ ਕਾਫੀ ਜ਼ਰੂਰੀ ਮਸਲਾ ਅਤੇ ਮੇਰਾ ਵਿਸ਼ਾ ਤੁਹਾਨੂੰ ਡਾਕਟਰ ਜਸਵੀਰ ਸਿੰਘ ਹੋਰਾਂ ਦੱਸ ਦਿੱਤਾ ਅਤੇ ਉਹਦੇ ਬਾਬਤ ਮੈਂ ਤੁਹਾਡੇ ਨਾਲ ਕੁਛ ਗੱਲਾਂ ਨੇ ਜਿਹੜੀਆਂ ਉਹ ਕਰ ਲੈਣਾ। ਮੈਂ 5 ਨੁਕਤਿਆਂ ਵਿੱਚ ਆਪਣੀ ਗੱਲ ਹੈ ਜਿਹੜੀ ਉਹ ਵੰਡੀ ਹੈ ਕਿ ਸਿੱਖਿਆ ਕਿਆ ਹੈ, ਸਿੱਖਿਆ ਦਾ ਨਿੱਜੀਕਰਨ ਕਿਆ ਹੈ, ਸਿੱਖਿਆ ਦਾ ਫਿਰ ਸਰਕਾਰੀਕਰਨ ਕਿਆ ਹੈ ਅਤੇ ਨਿੱਜੀਕਰਨ ਦੇ ਫਾਇਦੇ ਕੀ ਨੇ ਅਤੇ ਨਿੱਜੀਕਰਨ ਦੇ ਕੀ ਆਪਾਂ ਨੂੰ ਮਸਲੇ ਖੜੇ ਹੋ। ਮੂਲ ਰੂਪ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜੀ ਸਿੱਖਿਆ ਹੈ ਇਹ ਕਿਸੇ ਬੰਦੇ ਨੂੰ ਕਿਸੇ ਕਲਾ ਵਿੱਚ, ਕਿਸੇ ਕਿੱਤੇ ਵਿੱਚ ਨਿਪੁੰਨ ਬਣਾਉਣ ਦਾ ਵਿਧੀਵਤ ਰੂਪ ਦੇ ਵਿੱਚ ਸਿਖਲਾਈ ਹੈ ਜਦੋਂ ਕਿਸੇ ਬੰਦੇ ਨੇ ਲੈਣੀ। ਪ੍ਰੋਫੈਸਰ ਕਿਸ਼ਨ ਸਿੰਘ ਆਖਦੇ ਆ ਕਿ ਵਿੱਦਿਆ ਸਮਾਜ ਦੀ ਚੂਲ ਹੈ, ਗਬਲਾ ਧੁਰਾ ਹੈ, ਮਤਲਬ ਕਿਉਂਕਿ ਹੁਣ ਜਿੱਥੇ ਵਿੱਦਿਆ ਘੁੰਮਦੀ ਹੈ ਉਹ ਇਸ ਦੇ ਵਿੱਚ। ਇੱਕ ਮਾਮਲਾ ਇਹ ਹੈ ਕਿ ਹੁਣ ਤੋਂ ਜਦੋਂ ਅਸੀਂ 200 ਸਾਲ ਪਹਿਲਾਂ, 225 ਸਾਲ ਪਹਿਲਾਂ ਦਾ ਸਮਾਂ ਵੇਖਦੇ ਹਾਂ ਸਾਡਾ ਪੰਜਾਬ ਦਾ, ਖਾਸ ਕਰ ਸਿੱਖਾਂ ਦਾ, ਤਾਂ ਉਦੋਂ ਜਿਹੜੀ ਸਾਰੀ ਸਿੱਖਿਆ ਸੀ ਉਹ ਨਿੱਜੀ ਸੀ। ਉਦੋਂ ਕੋਈ ਸਰਕਾਰੀ ਸਕੂਲ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਕੂਲਾਂ ਨੂੰ, ਜਿਹੜੇ ਉਸ ਵੇਲੇ ਦੇ ਮਕਤਬ ਸੀ, ਮਦਰੱਸੇ ਸੀ, ਪਾਠਸ਼ਾਲਾ ਸੀ, ਧਰਮਸ਼ਾਲਾ ਸੀ ਜਾਂ ਲੜੇ ਮਹਾਜਨੀ ਵਿਦਿਆਲੇ ਸੀ, ਉਹਨਾਂ ਸਾਰਿਆਂ ਨੂੰ ਉਹ ਗ੍ਰਾਂਟਾਂ ਦੇ ਦਿੰਦੇ ਸੀ। ਉਦੋਂ ਗ੍ਰਾਂਟ ਨੂੰ ਜਗੀ ਰੱਖਦੇ ਹੁੰਦੇ ਸੀ ਅਤੇ ਪਰ ਉਹ ਨਿਰੋਲ ਰੂਪ ਦੇ ਵਿੱਚ ਉਹਨਾਂ ਪੜ੍ਹਾਉਣ ਵਾਲਿਆਂ ਦਾ, ਉਹ ਪਿੰਡ, ਸ਼ਹਿਰ, ਨਗਰ ਵਾਲਿਆਂ ਦਾ, ਉਹਨਾਂ ਦਾ ਆਪਣਾ ਇੱਕ ਨਿੱਜੀ ਵਰਤਾਰਾ ਹੁੰਦਾ ਸੀ। ਜਿਹੜਾ ਨਿੱਜੀ ਹੋਣਾ ਸਿੱਖਿਆ ਦਾ ਇਹ ਬਿਲਕੁਲ ਕੁਦਰਤੀ ਵਰਤਾਰਾ ਹੈ, ਪਰ ਜਿਹੜਾ ਨਿੱਜੀ ਕਰਨਾ ਹੈ ਇਹ ਕੁਦਰਤੀ ਵਰਤਾਰਾ ਨਹੀਂ। ਇਹਨਾਂ ਦੋਵਾਂ ਦੇ ਵਿੱਚ ਫਰਕ ਕਰਨ ਦੀ ਲੋੜ ਹੈ। ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜਾ ਪਹਿਲਾ ਇੱਥੇ ਨਿੱਜੀ ਸਿੱਖਿਆ ਪ੍ਰਬੰਧ ਸੀ ਉਸ ਨੂੰ ਜਿਹੜਾ ਲੇਟ ਤੋਂ ਲੇਟ ਮੇਰੇ ਕੋਲ ਅੰਕੜਾ ਇੱਕ ਹੈ ਉਹ ਇਹ ਹੈ ਕਿ ਜਿਹੜਾ ਓਰੀਐਂਟਲ ਕਾਲਜ ਲਾਹੌਰ ਸੀ ਉਹਦੇ 3 ਸਰੋਤ ਹੁੰਦੇ ਸੀ ਆਮਦਨ ਦੇ। ਇੱਕ ਹੈ ਸੀ ਉਹਨਾਂ ਦਾ ਐਂਡੋਮੈਂਟ ਫੰਡ, 15,300 ਰੁਪਈਆ ਉਹਨਾਂ ਨੂੰ ਉਹਦੇ ਤੋਂ ਮਿਲਦਾ ਸੀ। ਦੂਸਰਾ ਉਹਨਾਂ ਦੀ ਕੁਛ ਜਿਹੜੇ ਸਿੱਖਾਂ ਦੇ ਬੰਦੇ ਸੀ ਜਾਂ ਹੋਰ ਲੋਕ ਸੀ ਪੰਜਾਬ ਦੇ, ਉਹਨਾਂ ਨੇ ਐਨੂਅਲ ਸਬਸਕ੍ਰਿਪਸ਼ਨ ਲਈ ਹੋਈ ਸੀ, 16,000 ਰੁਪਈਆ ਉਹਨਾਂ ਤੋਂ ਉਹ ਤੋਂ ਆਉਂਦਾ ਸੀ। 72 ਰੁਪਈਏ ਕੇਵਲ ਉਹ ਫੀਸ ਲੈਂਦੇ ਸੀ, 31,000 ਸਮਥਿੰਗ ਕੁਛ ਰੁਪਈਏ ਜਿਹੜਾ ਉਹਨਾਂ ਦਾ ਸਾਲਾਨਾ ਖਰਚਾ ਸੀ। ਇਹ ਉਦੋਂ ਇੱਦਾਂ 1859 ਦੇ 80-82 ਦੇ ਇਰਦ ਗਿਰਦ ਦੀ ਗੱਲ ਹੈ। ਤਾਂ ਜਦੋਂ ਉਦੋਂ ਜਿਹੜੇ ਸਿਲੇਬਸ ਸੀ, ਪਾਠਕ੍ਰਮ ਸੀ, ਉਹ ਪਾਠਕ੍ਰਮ ਪੜ੍ਹਾਉਣਾ ਕੀ ਹੈ ਉਹ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਸੀ ਜਿਨ੍ਹਾਂ ਦਾ ਉਹ ਸਕੂਲ ਹੁੰਦਾ ਸੀ, ਉਹ ਪਿੰਡ ਵਾਲਿਆਂ ਦਾ, ਉਹ ਧਰਮ ਵਾਲਿਆਂ ਦਾ, ਉਹ ਸਮਾਜ ਵਾਲਿਆਂ ਦਾ। ਉਹ ਆਪਣਾ ਪਾਠਕ੍ਰਮ ਆਪ ਨਿਸ਼ਚਿਤ ਕਰਦੇ ਸੀ। ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਸੀ, ਧਰਮਸ਼ਾਲਾ, ਉਹਦੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਜਨਮ ਸਾਖੀ, ਗੁਰਵਿਲਾਸ, ਦਰਸ਼ਨ ਦੇ ਜਿਹੜੇ ਹੈ ਸੀ ਭਾਰਤੀ ਦਰਸ਼ਨ, ਵੈਦਗੀ, ਭੂਗੋਲ, ਗਣਿਤ, ਇੰਜੀਨੀਅਰਿੰਗ ਜਿਹਦੇ ਹੁਣ ਤੁਸੀਂ ਕਹਿ ਰਹੇ ਹੋ, ਅਤੇ ਉਸ ਵੇਲੇ ਆ ਜਿਹੜੀ ਇਮਾਰਤ ਇੰਜੀਨੀਅਰਿੰਗ ਆ ਇਹ ਪੜ੍ਹਾਈ ਜਾਂਦੀ ਸੀ ਕਾਫੀ ਠੀਕ ਰੂਪ ਵਿੱਚ। ਤਾਂ ਉਦੋਂ ਜਿਹੜੇ ਬੰਦੇ ਸੀ
ਉਹਨਾਂ ਦੀ ਇੱਕ ਖੂਬਸੂਰਤੀ ਇਹ ਸੀ ਕਿ ਸਿੱਖਿਆ ਖੁਦ ਮੁਖਤਿਆਰ ਸੀ। ਸਿੱਖਿਆ ਦਾ ਜਿਹੜਾ ਕੇਂਦਰੀ ਨੁਕਤਾ ਹੈ, ਜਿਹੜਾ ਨਿੱਜੀਕਰਨ ਦੇ ਵਿੱਚ ਵੀ ਆ ਕੇ ਬੈਠਿਆ, ਉਹ ਇਹ ਆ ਕਿ ਸਿੱਖਿਆ ਖੁਦ ਮੁਖਤਿਆਰ ਹੋਣੀ ਚਾਹੀਦੀ ਹੈ। ਤਾਂ ਉਦੋਂ ਹੌਲੀ ਹੌਲੀ ਜਿਹੜੇ ਬੰਦੇ ਸੀ ਉਹ ਨਿਪੁੰਨ ਬਣਾਏ ਜਾਂਦੇ ਸੀ। ਫਿਰ ਉਸ ਵੇਲੇ ਤੋਂ ਬਾਅਦ ਨਿੱਜੀ ਸਿੱਖਿਆ ਸੀ ਜਿਹੜੀ ਸਾਡੀ ਬੁਨਿਆਦੀ, ਉਹ ਤੋਂ ਬਾਅਦ ਸਿੱਖਿਆ ਦੀ ਸਰਕਾਰੀਕਰਨ ਦੀ ਇੱਕ ਕਵਾਇਦ ਚੱਲੀ। ਫੋਰਟ ਵਿਲੀਅਮ ਕਾਲਜ ਕਲਕੱਤੇ ਤੁਸੀਂ ਵੇਖਿਆ, ਫੋਰਟ ਵਿਲੀਅਮ ਉੱਥੇ ਅੰਗਰੇਜ਼ਾਂ ਦਾ ਦਫ਼ਤਰ ਹੁੰਦਾ ਸੀ। ਉਸ ਦਫ਼ਤਰ ਤੋਂ ਇਹਨਾਂ ਨੇ 18 ਨਵੰਬਰ 1853 ਨੂੰ ਜਿਹੜਾ ਭਾਰਤ ਸਰਕਾਰ ਦਾ ਸਕੱਤਰ ਸੀ, ਉਸਨੇ ਪੰਜਾਬ ਦੇ ਚੀਫ ਕਮਿਸ਼ਨਰ ਜੌਨ ਲਾਰੈਂਸ ਨੂੰ ਇੱਕ ਚਿੱਠੀ ਲਿਖੀ। ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖਿਆ ਇਹਦਾ ਵਾਧਾ ਕਰੋ ਅਤੇ ਜਿਹੜੀਆਂ ਪੁਰਾਣੀਆਂ ਸਾਰੀਆਂ ਸੰਸਥਾਵਾਂ ਨੇ ਉਹਨਾਂ ਨੂੰ ਸਰਕਾਰੀ ਨਾਂ ਥੱਲੇ, ਸਰਕਾਰੀ ਥਾਂ ਥੱਲੇ ਲੈ ਕੇ ਆਓ। 1854 ਵਿੱਚ ਤੁਹਾਨੂੰ ਪਤਾ ਵੀ ਚਾਰਲਸ ਵੁੱਡ ਦਾ ਡਿਸਪੈਚ ਆ ਗਿਆ, ਉਹਦੇ ਨਾਲ ਨਵਾਂ ਜਿਹੜਾ ਸਾਰਾ ਪਾਸਾ ਪਲਟ ਗਿਆ। ਅੰਗਰੇਜ਼ਾਂ ਨੇ ਫਿਰ ਉਦੋਂ ਗ੍ਰਾਂਟ ਇਨ ਏਡ ਸਿਸਟਮ ਸ਼ੁਰੂ ਕੀਤਾ। ਸਾਡੇ ਕੋਲ ਅਜੇ ਵੀ ਗ੍ਰਾਂਟ ਇਨ ਏਡ ਸਿਸਟਮ ਦੇ ਤਹਿਤ ਕਿੰਨੇ ਕਾਲਜ ਨੇ, ਅਤੇ ਉਹਨਾਂ ਨੇ ਗ੍ਰਾਂਟ ਇਨ ਏਡ ਸਿਸਟਮ ਦੇ ਵਿੱਚ ਜਿਹੜੇ ਆ ਸੰਸਥਾਵਾਂ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਕੋਲੋਂ ਪੈਸੇ ਲਓ ਪਰ ਤੁਸੀਂ ਪੜ੍ਹਾਉਣਾ ਕੀ ਹੈ ਤੁਹਾਨੂੰ ਅਸੀਂ ਦੱਸਾਂਗੇ। ਤਾਂ ਇਹ ਜਿਹੜੀ ਪਹਿਲੀ ਤਬਦੀਲੀ ਇੱਥੇ ਪੰਜਾਬ ਦੇ ਵਿੱਚ ਵਾਪਰੀ ਕਿ ਸਰਕਾਰੀਕਰਨ ਦੇ ਤਹਿਤ ਕੀ ਪੜ੍ਹਾਉਣ ਦਾ ਨਿਸ਼ਚਿਤ ਕਰਨ ਦਾ ਤਰੀਕਾ ਸਰਕਾਰ ਕੋਲ ਚੱਲਿਆ ਗਿਆ। ਅੱਜ ਮੈਂ ਆਪਣੇ ਇੱਥੇ ਇੰਤਜ਼ਾਮ ਵੀ ਨਹੀਂ, ਮੈਂ ਤੁਹਾਨੂੰ ਉਹ ਸਿਲੇਬਸ ਵੀ ਦਿਖਾ ਦਿੰਦਾ ਕਿ ਜਿਹੜੇ ਪਹਿਲਾ ਸਿਲੇਬਸ ਜੇ ਮੈਂ ਤੁਹਾਨੂੰ ਦੱਸਿਆ ਸਕੂਲਾਂ ਦਾ ਇਹ ਸੀ, ਅਤੇ ਬਾਅਦ ਵਿੱਚ ਫਿਰ ਹੀਰ ਵਾਰਿਸ ਸ਼ਾਹ ਦੀ ਇਸ ਤਰ੍ਹਾਂ ਦੇ ਜਿਹੜੇ ਦੁਨਿਆਵੀ ਵਿੱਦਿਆ ਦੇ ਪਾਠ ਪੁਸਤਕ ਸੀ ਉਹ ਆ ਗਏ। ਤਾਂ 1859 ਦੇ ਵਿੱਚ ਇਹਨਾਂ ਨੇ ਜਿਹੜੀ ਦੇਸੀ ਖੁਦ ਮੁਖਤਿਆਰ ਵਿੱਦਿਆ ਸੀ ਅੰਗਰੇਜ਼ਾਂ ਨੇ ਬਿਲਕੁਲ ਖਤਮ ਕਰ ਦਿੱਤੀ। ਜਿਹੜਾ ਉਹਨਾਂ ਨੇ ਮਹੱਤਵਪੂਰਨ ਜਿਹੜਾ ਫੈਸਲਾ ਲਿਆ ਉਹ ਇਹ ਲਿਆ ਕਿ ਧਾਰਮਿਕ ਵਿੱਦਿਆ ਖਤਮ ਕਰਨੀ ਹੈ। ਧਾਰਮਿਕ ਵਿੱਦਿਆ ਖਤਮ ਕਰਨ ਦਾ ਐਡਾ ਅਸਰ ਹੋਇਆ, ਅਸੀਂ ਹੁਣ ਅੱਜ ਸਾਰੇ ਵਿੱਦਿਅਕ ਸੰਸਥਾਵਾਂ ਦੇ ਵਿੱਚ ਬੈਠੇ ਹਾਂ। ਕੱਲ੍ਹ ਇੱਥੇ ਪ੍ਰਧਾਨ ਸਾਹਿਬ ਨੇ ਆਖਿਆ ਬੋਲ ਕੇ ਕਿ ਜਿਹੜੇ ਪੜ੍ਹਾਉਣ ਵਾਲੇ ਨੇ ਉਹ ਪੜ੍ਹਾਉਣ ਤੋਂ ਪਹਿਲਾਂ 10 ਮਿੰਟ ਕੋਈ ਰੱਬ ਦਾ ਨਾਂ ਲੈ ਲਿਆ ਕਰਨ। ਤਾਂ ਇਸੇ ਹਾਲ ਦੇ ਵਿੱਚ ਬੜੇ ਬੰਦਿਆਂ ਨੂੰ ਇਤਰਾਜ਼ ਹੋਇਆ ਹੋਊ ਵੀ ਇਹ ਕੋਈ ਗੱਲ ਹੈ, ਫਿਊਟਾਈਲ ਗੱਲਾਂ ਕਰਦੇ ਨੇ, ਅਨਪ੍ਰੋਡਕਟਿਵ ਗੱਲਾਂ ਨੇ। ਅਸੀਂ 250 ਸਾਲ ਉਸ ਨਵੇਂ ਪਾਠਕ੍ਰਮ ਦੇ ਵਿੱਚ ਪੜ੍ਹ ਕੇ ਅਸੀਂ ਆਪਣੀ ਧਰਤੀ ਤੋਂ, ਅਸੀਂ ਆਪਣੇ ਮੂਲ ਤੋਂ ਇੰਨਾ ਪੱਟੇ ਗਏ ਕਿ ਸਾਨੂੰ ਆਪਣੀ ਗੱਲ ਧਰਮ ਤੋਂ ਸ਼ੁਰੂ ਕਰਨ ਦੇ ਵਿੱਚ ਇਤਰਾਜ਼ ਹੋਣ ਲੱਗ ਗਏ। ਦੂਰ ਕਿਸੇ ਨੂੰ ਇਤਰਾਜ਼ ਹੋ ਜਾਣ ਅੱਡ ਗੱਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਦੇ ਵਿੱਚ ਪੜ੍ਹਾਉਣ ਵਾਲਿਆਂ ਨੂੰ ਅਤੇ ਪੜ੍ਹਨ ਵਾਲਿਆਂ ਨੂੰ, ਇਹ ਸਾਡੇ 'ਤੇ ਵੱਡਾ ਸਵਾਲ ਹੈ। ਤਾਂ ਫਿਰ ਅੰਗਰੇਜ਼ਾਂ ਨੇ ਜਿਹੜੀ ਸਕੂਲ ਸੰਸਥਾ ਲਈ ਪ੍ਰਵਾਨਗੀ ਦੇਣ ਦੀ, ਮਾਨਤਾ ਦੇਣ ਦੀਆਂ ਉਹਦੀਆਂ ਸ਼ਰਤਾਂ ਤੈਅ ਕਰ ਦਿੱਤੀਆਂ, ਇੰਸਪੈਕਸ਼ਨ ਤੈਅ ਕਰ ਦਿੱਤੀ, ਅਤੇ ਨਤੀਜਾ ਕੀ ਹੋਇਆ ਕਿ ਜਿਹੜੀ ਸਿੱਖਿਆ ਸੰਸਥਾਵਾਂ ਦੀ ਖੁਦ ਮੁਖਤਿਆਰੀ ਸੀ ਉਹ ਖੋਹ ਕੇ ਕਾਬੂ ਕਰ ਲਈ, ਪਾਠਕ੍ਰਮ ਨਿਸ਼ਚਿਤ ਕਰ ਦਿੱਤੇ, ਜਿਹੜੀਆਂ ਅਧਿਆਪਕਾਂ ਦੀਆਂ ਸ਼ਰਤਾਂ ਸੀ ਉਹ ਤੈਅ ਕਰ ਦਿੱਤੀਆਂ ਕਿ ਅਧਿਆਪਕ ਕੌਣ ਹੋ ਸਕਦਾ। ਅਤੇ ਇੱਕ ਇੱਥੇ ਸਿੱਖਿਆ ਸ਼ਾਸਤਰੀ ਹੋਏ ਨੇ ਹਨ ਤਾਂ ਬਾਹਰਲੇ, ਪਰ ਰੁਡੋਲਫ ਹੋ ਰਹੀ ਉਹਨਾਂ ਨੇ ਕਾਫੀ ਕੰਮ ਕੀਤਾ। ਉਹ ਕਹਿੰਦੇ ਵੀ ਉਸ ਵੇਲੇ ਤੱਕ 1947 ਤੱਕ 3 ਤਰ੍ਹਾਂ ਦੀਆਂ ਜਿਹੜੀਆਂ ਨਿੱਜੀ ਸੰਸਥਾਵਾਂ ਰਹਿ ਗਈਆਂ ਸੀ, ਬਾਕੀ ਖਤਮ ਹੋ ਗਈਆਂ। ਇੱਕ ਨੈਸ਼ਨਲਿਸਟ, ਇੱਕ ਸੈਕਟੇਰੀਅਨ, ਇੱਕ ਕਾਸਟ ਕਮਿਊਨਿਟੀ, ਇਹ 3 ਤਰ੍ਹਾਂ ਦੀਆਂ ਸੰਸਥਾਵਾਂ ਰਹਿ ਗਈਆਂ ਸੀ। ਫਿਰ ਉਹੀ ਸਰਕਾਰੀਕਰਨ ਦੀ ਕਵਾਇਦ ਜਦ 1947 ਵਿੱਚ ਇਹ ਦੇਸ਼ ਆਜ਼ਾਦ ਹੋ ਗਿਆ, ਉਸ ਤੋਂ ਬਾਅਦ ਸਰਕਾਰ ਨੇ ਕੀਤੀ, ਅਨੇਕਾਂ ਜਿਹੜੀਆਂ ਨਿੱਜੀ ਸੰਸਥਾਵਾਂ ਸੀ ਉਹਨਾਂ ਨੂੰ ਸਰਕਾਰੀ ਬਣਾਇਆ ਗਿਆ। ਤੁਸੀਂ, ਤੁਹਾਨੂੰ ਪਤਾ ਹੋਊਗਾ ਸਾਡੇ ਕੋਲ ਕਿੰਨੇ ਕਾਲਜ ਨੇ ਜਿਹੜੇ ਮੁੱਢ ਮੁੱਢ ਦੇ ਵਿੱਚ ਉਹਨਾਂ ਨੇ ਸਰਕਾਰੀ ਬਣਾਏ। ਅਤੇ ਇੱਥੇ ਹਿੰਦੁਸਤਾਨ ਦੇ ਵਿੱਚ ਯੂਨੀਵਰਸਿਟੀਆਂ ਨਿਰੋਲ ਸਰਕਾਰੀ ਸਨ, ਕੋਈ ਪ੍ਰਾਈਵੇਟ ਯੂਨੀਵਰਸਿਟੀ ਨਹੀਂ ਸੀ। ਨਿੱਜੀ ਤੋਂ ਸਰਕਾਰੀ ਕਰਨ ਦੀ ਇੱਕ ਵੱਡੀ ਕਵਾਇਦ ਸੀ ਜਿਹਦੇ ਵਿੱਚ ਅਸੀਂ ਦੋ ਚੀਜ਼ਾਂ ਗੁਆ ਲਈਆਂ। ਇੱਕ ਚੀਜ਼ ਅਸੀਂ ਸਿੱਖਿਆ ਦੀ ਖੁਦ ਮੁਖਤਿਆਰੀ ਗੁਆ ਲਈ, ਦੂਜਾ ਅਸੀਂ ਸਿੱਖਿਆ ਦਾ ਜਿਹੜਾ ਪਾਠਕ੍ਰਮ ਹੈ ਕੀ ਪੜ੍ਹਾਉਣਾ ਹੈ ਉਹ ਗੁਆ ਲਿਆ। ਦੋ ਚੀਜ਼ਾਂ ਅਸੀਂ ਉਦੋਂ ਗੁਆ ਲਈਆਂ। ਇੱਕ ਚੀਜ਼ ਸਾਨੂੰ ਮਿਲ ਗਈ, ਉਹ ਇਹ ਕਿ ਸਾਡੇ ਸਕੂਲਾਂ ਕਾਲਜਾਂ ਨੂੰ ਸਰਕਾਰ ਗ੍ਰਾਂਟ ਦੇਣ ਲੱਗ ਗਈ ਅਤੇ ਪੈਸਾ ਸਰਕਾਰ ਦੇਣ ਲੱਗ ਗਈ। ਫਿਰ ਸਮਾਂ ਲੱਗਿਆ, 1980 ਦੇ ਇਰਦ ਗਿਰਦ ਭਾਰਤ ਸਰਕਾਰ ਸਿੱਖਿਆ ਦੇ ਵਿੱਚੋਂ ਹੱਥ ਵਾਪਸ ਖਿੱਚਣ ਲੱਗ ਗਈ। ਅਤੇ 1991 ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਬਣ ਗਈ ਅਤੇ ਭਾਰਤ ਹਕੂਮਤ ਉਹਦੇ ਵਿੱਚ ਸ਼ਾਮਲ ਹੋ ਗਈ। ਅਤੇ ਫਿਰ ਉਸ ਵੇਲੇ ਸਿੱਖਿਆ ਦਾ ਨਿੱਜੀਕਰਨ ਸ਼ੁਰੂ ਹੋ ਗਿਆ।
ਤਾਂ ਉਹ ਨਿੱਜੀਕਰਨ ਖਾਤਰ ਜਿਹੜੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ ਉਹਦੇ ਵਿੱਚ ਇੱਕ ਤਾਂ ਇਹ ਸੀ ਕਿ ਕਹਿੰਦੇ ਪਬਲਿਕ ਢਾਂਚਾ ਜਿਹੜਾ ਉਹ ਅਯੋਗ ਹੋ ਗਿਆ, ਇਹਦੇ ਵਿੱਚ ਬੰਦੇ ਨਿਕੰਮੇ ਨੇ, ਜਿਹੜਾ ਬੰਦਾ ਕੇਰਾ ਨੌਕਰੀ ਲੈ ਲੈਂਦਾ ਉਹ ਮੁੜ ਕੇ ਆਨੇ ਦਾ ਮਨ ਪੀਂਦਾ ਨਹੀਂ ਅਤੇ ਫਿਰ ਉਹ ਬਸ ਕੇਵਲ ਨੌਕਰੀ ਜਾਂ ਤਨਖਾਹ 'ਤੇ ਹੀ ਚਲਿਆ ਜਾਂਦਾ। ਦੂਜਾ ਉਹ ਕਹਿੰਦੇ ਵੀ ਆਬਾਦੀ ਦਾ ਵਾਧਾ ਇੰਨਾ ਹੋ ਗਿਆ ਕਿ ਸਿੱਖਿਆ ਸਰਕਾਰੀ ਸੰਸਥਾਵਾਂ ਰਾਹੀਂ ਦੇਣੀ ਮੁਸ਼ਕਲ ਹੈ। ਅਗਲਾ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਖਰਚਾ ਘਟਾਉਣਾ ਹੈ ਅਤੇ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਉਹ ਵਧਾਉਣੀ ਆ, ਅਤੇ ਉਹਦੇ ਖਾਤਰ ਉਹਨਾਂ ਨੇ ਇਹ ਕੰਮ ਕਰਿਆ। ਅਗਲਾ ਉਹ ਕਹਿੰਦੇ ਵੀ ਸਿੱਖਿਆ ਨੂੰ ਵੀ ਜਦੋਂ ਕਹਿੰਦੇ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਮੁਨਾਫੇ ਵਾਲੀ ਜਾਂ ਆਰਥਿਕ ਚੀਜ਼ ਨਹੀਂ ਬਣਾਉਂਦੇ, ਉਨੀ ਦੇਰ ਤੱਕ ਉਹ ਚੀਜ਼ ਵੱਧਦੀ ਨਹੀਂ ਹੈ। ਅਸੀਂ ਕਿਸੇ ਚੀਜ਼ ਨੂੰ ਕਹਿੰਦੇ ਫਿਰ ਹੁਣ ਸਾਨੂੰ ਸਭ ਤੋਂ ਵੱਧ ਲੋੜ ਹੈ ਕਿ ਆਪਾਂ ਸਿੱਖਿਆ ਨੂੰ ਆਰਥਿਕ ਚੀਜ਼ ਬਣਾ ਦਈਏ। ਤਾਂ ਇੱਕ ਉਹਨਾਂ ਦਾ ਸਵਾਲ ਇਹ ਸੀ ਕਿ ਹੁਨਰਮੰਦ ਬੰਦੇ ਨੇ, ਜਿਹੜੇ ਹੁਨਰਮੰਦ ਮਜ਼ਦੂਰ ਨੇ, ਜਿਹੜੀ ਨਵੀਂ ਮਜ਼ਦੂਰੀ ਆ ਕੰਪਿਊਟਰ ਦੀ ਜਾਂ ਤਕਨੀਕ ਦੀ ਜਾਂ ਨਵੀਆਂ ਮਸ਼ੀਨਾਂ ਦੀ, ਉਹਦੇ ਖਾਤਰ ਸਾਡੇ ਕੋਲ ਬੰਦੇ ਨਹੀਂ ਪੈਦਾ ਹੋ ਰਹੇ, ਉਹ ਅਸੀਂ ਪੈਦਾ ਕਰੀਏ। ਅੱਛਾ, ਇੱਕ ਸਵਾਲ ਇਹ ਸੀ ਕਿ ਪਹਿਲਾਂ ਅਧਿਆਪਕ ਸਾਹਿਬ ਹੁੰਦਾ ਸੀ ਅਤੇ ਵਿਦਿਆਰਥੀ ਉਹਦੇ ਅਧੀਨ ਹੁੰਦੇ ਸੀ, ਤਾਂ ਉਹ ਕਹਿੰਦੇ ਵੀ ਅਸੀਂ ਅਧਿਆਪਕ ਕੇਂਦਰਤਾ ਤੋਂ ਵਿਦਿਆਰਥੀ ਕੇਂਦਰਤਾ ਕਰਨੀ ਆ, ਇਸ ਕਰਕੇ ਨਿੱਜੀਕਰਨ ਲੈ ਕੇ ਆਵਾਂ। ਸਭ ਤੋਂ ਵੱਡਾ ਜਿਹੜਾ ਕਾਰਕ ਹੈ, ਫੈਕਟਰ ਹੈ, ਉਹ ਇਹ ਹੈ ਕਿ ਸਰਕਾਰ ਨੇ ਆਪ ਆਪਣਾ 6 ਤੋਂ 1400 ਸਾਲ ਤੱਕ ਦਾ ਜਿਹੜਾ ਸਮਾਂ ਹੈ ਵਿਦਿਆਰਥੀ ਦਾ ਮੁੱਢਲੀ ਸਿੱਖਿਆ ਦਾ, ਉਹਦੇ 'ਤੇ ਫੋਕਸ ਕਰ ਲਿਆ। ਉਹਦੇ ਪਿੱਛੇ ਕਾਰਨ ਕੀ ਹੈ ਕਿ ਸਰਕਾਰ ਹੈ ਜਿਹੜੀ ਉਹ ਉੱਚ ਸਿੱਖਿਆ ਵਿੱਚੋਂ ਪਿੱਛੇ ਪਲਟ ਗਈ ਅਤੇ ਉੱਚ ਸਿੱਖਿਆ ਦਾ ਤਿਆਗ ਕਰ ਗਈ। ਤਾਂ 1995 ਵਿੱਚ ਰੈਗੂਲੇਸ਼ਨ ਬਿੱਲ ਆਇਆ ਇੱਕ ਦਾ, ਅਤੇ ਉਹਦੇ ਵਿੱਚ ਫਿਰ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਸਕਦੀਆਂ ਨੇ, ਪਹਿਲਾਂ ਸੈਲਫ ਫਾਈਨਾਂਸ ਕੋਰਸ ਆਏ, ਤੁਸੀਂ ਜਾਣਦੇ ਹੋ ਏਡਡ ਕਾਲਜ ਵਾਲਿਆਂ ਨੂੰ ਵੱਧ ਪਤਾ, ਅਤੇ ਫਿਰ ਡੀਮਡ ਯੂਨੀਵਰਸਿਟੀਆਂ ਆਈਆਂ, ਫਿਰ 2002 ਤੋਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਬਣਨ ਲੱਗ ਗਈਆਂ। ਅਤੇ ਹੁਣ ਇਹ ਸਥਿਤੀ ਹੈ, ਇੱਕ ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ ਹੈ, ਉਹ ਕਹਿੰਦੇ ਨੇ ਕਿ ਹੁਣ ਜਿਹੜੇ ਕਾਲਜ ਖੁੱਲ੍ਹਦੇ ਨੇ ਉਹਨਾਂ 'ਚੋਂ 80% ਕਾਲਜ ਨੇ ਜਿਹੜੇ ਉਹ ਨਿੱਜੀ ਹੁੰਦੇ ਨੇ। 2019 ਤੋਂ 2021 ਦੇ ਵਿੱਚ 70 ਯੂਨੀਵਰਸਿਟੀਆਂ ਵਧੀਆਂ, ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਨਿੱਜੀ ਨੇ। ਕੁੱਲ 1113 ਯੂਨੀਵਰਸਿਟੀਆਂ ਸੀ 2021 ਤੱਕ, ਜਿਹਦੇ ਵਿੱਚੋਂ 657 ਸਰਕਾਰੀ ਪਹਿਲੀਆਂ ਸੀ ਅਤੇ 446 ਨਿੱਜੀ ਹੋ ਗਈਆਂ ਸੀ। ਅਜੇ ਵੀ ਜਿਹੜੇ ਸਰਕਾਰੀ ਸੰਸਥਾਵਾਂ ਨੇ ਅਤੇ ਏਡਡ ਕਾਲਜ ਨੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਮੁਕਾਬਲਤਨ ਵੱਧ ਹੈ, ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਜਾਂ ਪ੍ਰਾਈਵੇਟ ਸੰਸਥਾਵਾਂ ਨੇ ਉਹ ਵਿਦਿਆਰਥੀ ਲੈਣ ਲੱਗ ਗਈਆਂ। ਇਹ ਇੱਕ ਸੰਖੇਪ ਜਿਹੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਇੱਕ ਨਿੱਜੀਕਰਨ ਦੀ ਕਵਾਇਦ ਸੀ। ਇਸ ਨਿੱਜੀਕਰਨ ਦੀ ਕਵਾਇਦ ਦੇ ਵਿੱਚ ਦੇਖੋ ਬੜਾ ਸਾਫ਼ ਹੁੰਦਾ, ਮੈਂ ਹੁਣ ਤੋਂ 22-23 ਸਾਲ ਪਹਿਲਾਂ ਇੱਕ ਵਿਸ਼ਵੀਕਰਨ 'ਤੇ ਕਿਸੇ ਸੈਮੀਨਾਰ ਦੇ ਵਿੱਚ ਸੁਣਿਆ, ਉਦੋਂ ਮੈਂ ਵਿਦਿਆਰਥੀ ਹੁੰਦਾ, ਤਾਂ ਉਦੋਂ ਇੱਕ ਸੱਜਣ ਨੇ ਬੜੇ ਜ਼ੋਰ ਨਾਲ ਨਿੱਜੀਕਰਨ ਦੇ ਪੱਖ ਵਿੱਚ ਗੱਲਾਂ ਆਖੀਆਂ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹੁਣੇ ਦਲੀਲਾਂ ਦਿੱਤੀਆਂ ਨੇ। ਉਹਨੇ ਉਹੀ ਗੱਲਾਂ ਆਖੀਆਂ ਸੀ ਕਿ ਜਿਹੜਾ ਨਵਾਂ ਢਾਂਚਾ ਹੈ ਇਹ ਲੋਕਾਂ ਨੂੰ ਸੌਖ ਲੈ ਕੇ ਆਵੇਗਾ, ਵੱਧ ਰੁਜ਼ਗਾਰ ਲੈ ਕੇ ਆਵੇਗਾ, ਚੰਗਾ ਹੋਵੇਗਾ। ਪਰ ਜਦੋਂ ਕੋਈ ਕਿਸੇ ਚੀਜ਼ ਨੂੰ, ਜਿਵੇਂ ਆਪਾਂ ਕਹਿੰਦੇ ਹਾਂ ਕਿ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਹੁੰਦਾ ਹੈ ਅਤੇ ਦੂਰ ਦੇ ਢੋਲ ਸਹਾਵੜੇ ਹੁੰਦੇ ਨੇ, ਉਸੇ ਤਰੀਕੇ ਜਦੋਂ ਕੋਈ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ, ਤੁਹਾਡੇ ਨਾਲ ਹੋ ਜਾਂਦੀ ਹੈ, ਜਦੋਂ ਉਹਦੇ ਨਾਲ ਵਿਚਰਨਾ ਪੈਂਦਾ ਤਾਂ ਫਿਰ ਪਤਾ ਲੱਗਦਾ ਕਿ ਉਹਦੇ ਵਿੱਚ ਕੀ ਤੱਤ ਹੈ ਅਤੇ ਕੀ ਉਹਦੇ ਵਿੱਚ ਨੁਕਸਾਨ ਹੈ, ਔਖ ਹੈ। ਫਿਰ ਵੀ ਅਖੀਰ ਨੂੰ ਚਲੋ ਮੈਂ ਦੋ ਕੁ ਗੱਲਾਂ ਤੁਹਾਡੇ ਨਾਲ ਇਹ ਸਿੱਖਿਆ ਦਾ ਜਿਹੜਾ ਨਿੱਜੀਕਰਨ ਹੈ ਇਹਦੇ ਫਾਇਦੇ ਬਾਰੇ ਕਰ ਲੈਣਾ। ਪਹਿਲੀ ਤਾਂ ਗੱਲ ਇਹ ਹੋਈ ਕਿ ਪਹਿਲਾਂ ਬੰਦਿਆਂ ਨੂੰ ਬੜੀ ਦੂਰ ਸਿੱਖਿਆ ਲੈਣ ਲਈ ਜਾਣਾ ਪੈਂਦਾ ਸੀ ਅਤੇ ਸਿੱਖਿਆ ਸੌਖੀ ਮਿਲਣ ਲੱਗ ਗਈ, ਦੂਰੀ ਘੱਟ ਗਈ, ਘੱਟ ਮੈਰਿਟ 'ਤੇ ਤੁਸੀਂ ਵਧੀਆ ਕੋਰਸ ਲੈ ਸਕਦੇ। ਜਦੋਂ ਅਸੀਂ ਛੋਟੇ ਹੁੰਦੇ ਸੀ, ਮੈਂ 10ਵੀਂ ਕੀਤੀ ਆ, ਤਾਂ ਉਦੋਂ GNE ਦੇ ਵਿੱਚ ਦਾਖਲਾ ਲੈਣਾ ਬੜਾ ਮੁਹਿੰਮ ਹੁੰਦੀ ਸੀ ਅਤੇ ਹੁਣ ਇੰਜੀਨੀਅਰਿੰਗ ਬਿਲਕੁਲ ਹੋਰ ਤਰ੍ਹਾਂ ਦੀ ਹੋ ਗਈ। ਅੱਛਾ, ਫਿਰ ਅੱਗੇ ਕਹਿੰਦੇ ਖੁੱਲ੍ਹੀ ਵਿੱਦਿਆ ਹੋ ਗਈ, ਕਿਸੇ ਵੀ ਸਟਰੀਮ 'ਚ ਪੜ੍ਹੇ ਹੋਵੋ ਤੁਸੀਂ, ਤੁਹਾਡੀ ਐਲੀਜੀਬਿਲਟੀ ਆ ਜਿਹੜੀ ਚੱਕ ਦਿੱਤੀ। ਜਿਵੇਂ ਹੁਣ ਆਪਾਂ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਵਾਲੇ ਨੂੰ MA ਕਰਾ ਦਿੰਦੇ ਹਾਂ, MBA ਕਰਾ ਦਿੰਦੇ ਹਾਂ, ਇਹ ਇੱਕ ਦੂਜਾ ਜਿਹੜਾ ਇਹਦਾ ਫਾਇਦਾ ਹੋਇਆ। ਕਿਉਂਕਿ ਹੋ ਸਕਦਾ ਕਿਸੇ ਬੰਦੇ ਦੇ ਵਿੱਚ ਗੁਣ ਉਹਦੇ ਵਿੱਚ ਮੈਨੇਜਮੈਂਟ ਦੇ ਹੋਣ, ਪਰ ਉਹਨੇ BBA BCOM ਨਾ ਕੀਤੀ ਹੋਵੇ, ਉਹਨੇ BA ਕੀਤੀ ਹੋਵੇ ਜਾਂ BSA ਕੀਤੀ ਹੋਵੇ, ਉਦੋਂ ਬਾਅਦ ਉਹਨੂੰ ਪਤਾ ਲੱਗਿਆ ਹੋਵੇ ਕਿ ਅਸੀਂ ਬਸ ਹੈ ਬੇਟਾ। ਅਤੇ ਇਹ ਫਰਕ ਪਿਆ। ਅੱਛਾ, ਇੱਕ ਇਹ ਹੋਇਆ ਕਿ ਸਿਆਸੀ ਦਖਲ ਅੰਦਾਜ਼ੀ ਸਰਕਾਰੀ ਸੰਸਥਾਵਾਂ ਦੇ ਵਿੱਚ ਬਹੁਤ ਸੀ, ਨਿੱਜੀਕਰਨ ਨਾਲ ਸਿਆਸੀ ਦਖਲ ਅੰਦਾਜ਼ੀ ਘਟੀ। ਜਿਹੜਾ ਮਹੱਤਵਪੂਰਨ ਲਾਹਾ ਇਹ ਹੋਇਆ ਕਿ ਪਹਿਲਾਂ ਸਿੱਖਿਆ ਸੰਸਥਾਵਾਂ ਨੂੰ, ਨਿੱਜੀ ਸਿੱਖਿਆ ਸੰਸਥਾਵਾਂ ਸੀ ਜਿਹੜੀਆਂ ਯੂਨੀਵਰਸਿਟੀਆਂ, ਉਹਨਾਂ ਨੂੰ ਪਾਠਕ੍ਰਮ ਬਣਾਉਣ ਦੀ ਆਜ਼ਾਦੀ ਹੈ ਸੀ,
ਤੇ ਉਹਨਾਂ ਨੇ ਆਖਿਆ ਕਿ ਅਸੀਂ ਗਲੋਬਲ, ਨੈਸ਼ਨਲ ਤੇ ਲੋਕਲ ਤਿੰਨੇ ਪੱਧਰਾਂ ਦਾ ਜਿਹੜਾ ਪਾਠਕ੍ਰਮ ਆ ਉਹ ਬਣਾਵਾਂਗੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ, ਲੋਕਾਂ ਦੀਆਂ ਲੋੜਾਂ ਨੂੰ, ਸਮਾਜ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ। ਬੜਾ ਢਾਂਚੇ ਵਿੱਚ ਸੁਧਾਰ ਹੋ ਗਿਆ, ਅਧਿਆਪਕ ਤਕਨੀਕਾਂ ਵਿੱਚ ਵਾਧਾ ਹੋ ਗਿਆ ਤੇ ਇੱਕ ਖੜੋਤ ਆ ਜਿਹੜੀ ਉਹ ਟੁੱਟ ਗਈ। ਫਿਰ ਹੁਣ ਅਖੀਰਲੀ ਗੱਲ ਜਿਹੜੀ ਮੇਰੀ ਥੋੜ੍ਹੀ ਬਾਕੀ ਚਾਰ ਗੱਲਾਂ ਨਾਲੋਂ ਪਸਰੀ ਹੋਈ ਆ ਉਹ ਇਹ ਹੈ ਕਿ ਐਸਾ ਕਿਆ ਹੋਇਆ ਕਿ ਕਿਹੜੇ ਮਸਲੇ ਖੜੇ ਹੋ ਗਏ ਸਾਨੂੰ ਜਦੋਂ ਸਾਡੇ ਸਾਹਮਣੇ ਨਿੱਜੀ ਸਿੱਖਿਆ ਆਈ। ਤਾਂ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਖੁਦਮੁਖਤਿਆਰੀ ਸੀ ਸਿੱਖਿਆ ਦੇ ਵਿੱਚ ਉਹ ਇਹ ਕਿ ਖੁਦਮੁਖਤਿਆਰੀ ਕੇਵਲ ਪ੍ਰਬੰਧ ਅਤੇ ਉਹਨਾਂ ਦੇ ਵਪਾਰ ਵਿੱਚ ਰਹਿ ਗਈ। ਉਹਨਾਂ ਨੇ ਕੀ ਪੜ੍ਹਾਉਣਾ ਇਹ ਅਜੇ ਵੀ UGC ਨਿਸ਼ਚਿਤ ਕਰਦੀ ਹੈ। ਵਿਦਿਆਰਥੀਆਂ ਨੂੰ ਕੀ ਸਿਖਾਉਣਾ, ਸਾਡੀ ਯੂਨੀਵਰਸਿਟੀ ਦੇ ਵਿੱਚ ਹੁਣ UGC ਸਿੱਖਿਆ ਨੀਤੀ 2020 ਲਾਗੂ ਕੀਤੀ ਹੈ, ਉਹਦੇ ਵਿੱਚ ਹੁਣ ਮੈਂ ਪੰਜਾਬੀ ਪੜ੍ਹਾਉਣਾ, ਮਸਲਾ ਬਣਨਾ ਹੀ ਸੀ ਪੰਜਾਬੀ ਦਾ। ਬੜਾ ਅਸੀਂ ਕਿਹਾ ਉੱਥੇ ਉੱਥੇ ਨਿੱਜੀ ਸਿੱਖਿਆ ਦੇ ਕਰਕੇ ਸਾਡੇ ਹੁਣ ਪੰਜਾਬੀ ਬਿਲਕੁਲ ਪਿੱਛੇ ਕਰ ਦੇਣੀ ਸੀ, ਧਰਮ ਅਧਿਐਨ ਬਿਲਕੁਲ ਪਿੱਛੇ ਕਰ ਦੇਣਾ ਸੀ। ਤਾਂ ਉੱਥੇ ਅਸੀਂ ਲੜ ਭਿੜ ਕੇ ਇੱਕ ਦੋ ਗੱਲਾਂ ਕਰ ਲਈਆਂ। ਇੱਕ ਤਾਂ ਇਹ ਕਿ ਜਿਹੜੇ ਵੈਲਿਊ ਏਡਡ ਮਲਟੀ ਡਿਸਿਪਲਨਰੀ ਏਬਿਲਟੀ ਇਨਹੈਂਸਮੈਂਟ ਅਤੇ ਸਕਿੱਲ ਇਨਹੈਂਸਮੈਂਟ ਕੋਰਸ ਨੇ, ਚਾਰ ਤਰ੍ਹਾਂ ਦੇ 25-30 ਕੋਰਸ ਹੁੰਦੇ ਨੇ ਜਿਹੜੇ ਸਾਰੇ ਗ੍ਰੈਜੂਏਸ਼ਨ ਦੇ ਵਿੱਚ ਹੋਣੇ, ਉਹ ਅਸੀਂ ਪੰਜਾਬੀ ਵਿੱਚ ਕਰਾ ਲਏ, ਉਹਨਾਂ ਦਾ ਮਾਧਿਅਮ ਪੰਜਾਬੀ ਕਰਾ ਲਿਆ, ਇਹ ਇੱਕ ਫਾਇਦਾ ਹੋਇਆ। ਪਰ ਫਿਰ ਵੀ ਜਿਹੜੇ ਬਾਕੀ ਸਾਇੰਸ ਦੇ ਟੀਚਰ ਨੇ, ਸਾਇੰਸ ਦੇ ਡਿਪਾਰਟਮੈਂਟ ਨੇ ਜਾਂ ਹੋਰ ਡਿਪਾਰਟਮੈਂਟ ਨੇ, ਉਹਨਾਂ ਬੰਦਿਆਂ ਦਾ ਦਿਮਾਗ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਉਹਨਾਂ ਨੂੰ ਜੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹਦਾ ਮਾਧਿਅਮ ਪੰਜਾਬੀ ਕਰ ਲਓ ਜਾਂ ਇਹਦੇ ਵਿੱਚ ਇਹ ਸਿਲੇਬਸ ਪਾ ਲਓ, ਉਹ ਮੰਨਦੇ ਨਹੀਂ। ਧਰਮ ਦਾ ਕੋਈ ਤੱਤ, ਧਰਮ ਨਾਲ ਸੰਬੰਧਿਤ ਕੋਈ ਵਿਸ਼ਾ ਕਿਸੇ ਟੋਪ ਕਿਸੇ ਸਿਲੇਬਸ ਦੇ ਵਿੱਚ ਪਵਾਉਣਾ ਬੜਾ ਔਖਾ ਕੰਮ ਹੈ। ਸਰਕਾਰ ਨੇ ਤਾਂ ਕੀ ਮੰਨਣਾ, ਸਾਡੇ ਬੰਦੇ ਨਹੀਂ ਮੰਨਦੇ। ਹੁਣ ਰੌਲਾ ਕੀ ਹੋਇਆ ਸਾਡੇ ਸਾਹਮਣੇ ਕਿ ਇਹ ਉਹੀ ਬ੍ਰਿਟਿਸ਼ ਪੀਰੀਅਡ ਦੀ ਕੰਟੀਨਿਊਟੀ ਹੋ ਗਈ ਵੀ ਸਰਕਾਰ ਨੇ ਸਿਲੇਬਸ ਸਰਕਾਰ ਨਿਸ਼ਚਿਤ ਕਰ ਰਹੀ ਆ, ਮਾਨਤਾ ਸਰਕਾਰ ਦੇ ਰਹੀ ਆ, ਪਰ ਸਰਕਾਰ ਨੇ ਜਿਹੜੀ ਚੀਜ਼ ਹੁਣ ਤੋਂ 200-250 ਸਾਲ ਪਹਿਲਾਂ ਦਿੱਤੀ ਸੀ ਨਿੱਜੀਕਰਨ ਕਰਕੇ ਪੈਸੇ, ਉਹ ਖੋਲ ਹੈ। ਅਤੇ ਮਤਲਬ ਨਿਰੋਲ ਰੂਪ ਦੇ ਵਿੱਚ ਲੋਕਾਂ ਦੇ ਸਿਰ 'ਤੇ ਐਸੀ ਡਾਂਗ ਵੱਜਣ ਲੱਗ ਗਈ ਜਿਹੜੀ ਜ਼ਖਮੇ ਕਰਦੀ ਹੈ। ਤਾਂ ਉਹਦੇ ਨਾਲ ਹੁਣ ਮੰਡੀ ਪਦਾਰਥ ਉਹਦਾ ਕਿੰਨਾ ਵਧਾਰਾ ਹੋ ਗਿਆ, ਇਸ ਤਰੀਕੇ ਕਰ ਦਿੱਤਾ ਕਿ ਕਹਿੰਦੇ ਜਿਹੜਾ ਬੰਦਾ ਇੱਕ ਨਾ ਤੁਸੀਂ ਜੇ ਕਿਸੇ ਬੰਦੇ ਨੇ ਫਰਾਂਸ ਦੇ ਬਾਰੇ ਪੜ੍ਹਿਆ ਹੋਵੇ ਤਾਂ ਫਰਾਂਸ ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਫਰਾਂਸ ਦੇ ਵਿੱਚ ਸਮੂਹ ਹੈ ਉਹ ਕੇਵਲ ਇੱਕੋ ਹੈ ਰਾਸ਼ਟਰ, ਬਾਕੀ ਕਿਸੇ ਦਾ ਧਰਮ ਹੈ, ਕਿਸੇ ਦੀ ਸਿੱਖਿਆ, ਕਿਸੇ ਦੀ ਜਾਤ ਹੈ, ਕਿਸੇ ਦਾ ਵਰਗ ਹੈ, ਉਹ ਉਹਦਾ ਨਿੱਜੀ ਹੈ। ਉਹਨਾਂ ਨੇ ਫੜ ਕੇ ਸਾਰਾ ਕੁਝ ਨਿੱਜੀ ਕਰ ਦਿੱਤਾ। ਉਹ ਕਹਿੰਦੇ ਕੇਵਲ ਰਾਸ਼ਟਰ ਦੇ ਹਿੱਤ ਨੇ ਜਿਹੜੇ ਇਹ ਸਮੂਹਿਕ ਨੇ, ਬਾਕੀ ਸਭ ਕੁਝ ਨਿੱਜੀ ਹੈ। ਤਾਂ ਇਸ ਲਈ ਸਭ ਤੋਂ ਵੱਡੀ ਸਮੱਸਿਆ ਸਾਡੇ ਸਾਹਮਣੇ ਇਹ ਆ ਗਈ ਕਿ ਸਾਡੀ ਖੁਦਮੁਖਤਿਆਰੀ ਖੁੱਸ ਗਈ, ਸਰਕਾਰ ਨੇ ਆਪਣਾ ਕੁੰਡਾ ਰੱਖ ਲਿਆ, ਜਿਹੜੀ ਚੀਜ਼ ਦਿੱਤੀ ਸੀ ਉਹ ਵੀ ਗੁੰਮ ਗਈ। ਦੂਜਾ ਜਿਹੜਾ ਸਾਡੇ ਲਈ ਸਵਾਲ ਇਹ ਖੜ੍ਹਾ ਹੋਇਆ ਸਿੱਖਿਆ ਦੇ ਨਿੱਜੀਕਰਨ ਨਾਲ ਕਿ ਇੱਕ ਇੱਜ਼ਤਦਾਰ ਢਾਂਚਾ ਹੈ ਬਹੁਤ ਜ਼ਿਆਦਾ ਸਾਡੇ ਇੱਥੇ, ਸਾਡੇ ਅਜੇ ਵੀ ਗੋਡੀ ਹੱਥ ਲਾਉਂਦੇ ਨੇ ਸਾਡੇ ਵਿਦਿਆਰਥੀ, ਹੋਰ ਸੈਂਕੜੇ ਇਸ ਨੁਕਤੇ ਤੋਂ, ਇਹਨਾਂ ਇੱਜ਼ਤਦਾਰ ਢਾਂਚੇ ਦਾ ਵਪਾਰੀਕਰਨ ਕਰ ਦਿੱਤਾ, ਮੁਨਾਫਾ ਕੇਂਦਰਿਤ ਹੋ ਗਿਆ ਅਤੇ ਸਾਰਾ ਕੁਝ ਇੰਨਾ ਜ਼ਿਆਦਾ ਸੈਕੰਡਰੀ ਕਰ ਦਿੱਤਾ ਕਿ ਸਕੂਲਾਂ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ ਜੇ ਤੁਸੀਂ ਹੱਟੀ ਭੱਠੀ ਦੁਕਾਨ ਵੀ ਕਹਿ ਲਓ ਤਾਂ ਮੈਨੂੰ ਲੱਗਦਾ ਕੋਈ ਬਾਹਲਾ ਵਧੇਰੇ ਐਂ ਨਹੀਂ ਕਹਿ ਸਕਦੇ ਕਿ ਤੁਸੀਂ ਅਧਕਥ ਨਹੀਂ ਕਹਿ ਲਈ। ਅਤੇ ਸਿੱਖਿਆ ਦੇ ਵਿੱਚ ਜਿਹੜੀਆਂ ਸੇਵਾ ਵਜੋਂ ਆਈਆਂ ਸੰਸਥਾਵਾਂ ਸੀ ਅਤੇ ਉਹਨਾਂ ਦੇ ਵਿੱਚ ਤੇ ਵੀ ਇਹ ਅਸਰ ਨੇ ਜਿਹੜੇ ਉਹ ਹੋਣ ਲੱਗ ਪਏ, ਕਿਉਂਕਿ ਵਪਾਰ ਦੇ ਹਿਸਾਬ ਨਾਲ ਹੀ ਉਹਦੇ ਹਿਸਾਬ ਨਾਲ ਮਰਿਆਦਾ ਤੈਅ ਹੋਣ ਲੱਗ ਪਈ, ਨੇਮ ਸ਼ਰਤਾਂ ਤੈਅ ਹੋਣ ਲੱਗ ਪਈਆਂ। ਜਿਹੜੀਆਂ ਸੰਸਥਾਵਾਂ ਹੁਣ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ, 150 ਸਾਲ ਪਹਿਲਾਂ ਸਿੱਖਿਆ ਦੇ ਵਿੱਚ ਸੇਵਾ ਵਜੋਂ ਵੀ ਆਈਆਂ ਸੀ, ਉਹਨਾਂ 'ਤੇ ਵੀ ਸਿੱਖਿਆ ਦੇ ਵਪਾਰੀਕਰਨ ਦਾ, ਵਪਾਰੀ ਸੰਸਥਾਵਾਂ ਕਰਕੇ ਅਸਰ ਹੋਣ ਲੱਗ ਪਿਆ। DAV, ਕਲਗੀਧਰ ਟਰੱਸਟ, ਬੜੂ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ, ਇਹ ਵੀ ਇਹ ਸੋਚਣ ਲੱਗ ਗਏ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਇਸ ਤਰ੍ਹਾਂ ਕਰ ਦਈਏ ਕਿ ਉਹ ਆਪਣੇ ਪੈਸੇ 'ਤੇ ਆਪ ਹੀ ਚੱਲਣ ਲੱਗ ਜਾਣ। ਸਾਡੀ ਯੂਨੀਵਰਸਿਟੀ ਦਾ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਹਾਂ, ਜਿਹੜਾ ਸਾਡਾ ਇੱਕ ਸੰਕਟ ਹੈ ਉਹ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਯੂਨੀਵਰਸਿਟੀ ਦੀ ਕੀਮਤ ਕੀ ਹੁੰਦੀ ਹੈ। ਇਹ ਜਿਹੜੀ ਸਮੱਸਿਆ ਸਾਡੇ ਸਾਹਮਣੇ ਆ ਗਈ, ਇਹ ਸਾਰੀ ਸਿੱਖਿਆ ਨੇ ਸਾਡੇ ਸਾਹਮਣੇ ਮੁਸ਼ਕਲ ਖੜੀ ਕਰ ਦਿੱਤੀ। ਅਸੀਂ ਹੁਣ ਇਸ ਨੁਕਤੇ ਤੋਂ ਇੰਨੇ ਔਖੇ ਹੋ ਗਏ ਕਿ ਅਸੀਂ ਹਰ ਅਥਾਰਟੀ ਨੂੰ ਇਹ ਨਹੀਂ ਸਮਝਾ ਸਕਦੇ ਕਿ ਯੂਨੀਵਰਸਿਟੀ ਸੈਲਫ ਸਸਟੇਨ ਨਹੀਂ ਹੁੰਦੀ। ਜੇ ਤੁਸੀਂ ਖੋਜ ਕਰਾਉਣੀ ਆ, ਕੱਲ੍ਹ ਤੁਹਾਡੇ ਨਾਲ ਇੱਥੇ ਇੱਕ ਡਾਟਾ ਸਾਂਝਾ ਕੀਤਾ ਕਿਸੇ ਸੱਜਣ ਨੇ ਕਿ ਪੰਜਾਬ ਦੇ ਵਿੱਚੋਂ 14 ਹਿੱਸੇ ਨੇ ਜਿਹੜੇ
ਉਹ ਸਰਕਾਰ ਨੇ ਲਾਉਣੇ ਨੇ, ਜਿਹੜੇ ਬਾਕੀ 30-35 ਹਿੱਸੇ ਨੇ ਉਹ ਪ੍ਰਾਈਵੇਟ ਨਿੱਜੀ ਸੰਸਥਾਵਾਂ ਨੇ ਲਾਉਣੇ। ਜਿਹੜੀਆਂ ਉਹ ਨਿੱਜੀ ਸੰਸਥਾਵਾਂ ਉਹ ਖੋਜ ਦੇ ਵਿੱਚ ਪੈਸਾ ਲਾਉਣਗੀਆਂ, ਤੁਸੀਂ ਇਹ ਸੋਚੋ ਤਾਂ ਸਹੀ ਕਿ ਉਹ ਖੋਜ ਕੀ ਕਰਾਉਣਗੀਆਂ? ਉਹ ਖੋਜ ਆਪਦੇ ਸਵਾਰਥ ਦੀ ਕਰਾਉਣਗੀਆਂ। ਜੇ ਅਸੀਂ ਖੋਜ ਦੇ ਵਿੱਚ ਸਿੱਖਿਆ ਦੇ ਵਿੱਚ ਪੈਸਾ ਨਹੀਂ ਲਾਉਣਾ ਤਾਂ ਇਹ ਮੰਨ ਕੇ ਚੱਲੋ ਕਿ ਅਸੀਂ ਉਹਨਾਂ ਦਾ ਪੜਾਂਗੇ ਜਿਹੜੇ ਪੈਸਾ ਲਾਉਣਗੇ ਉਹਦੇ ਵਿੱਚ। ਜਿੰਨੀ ਮੈਡੀਕਲ ਸਾਇੰਸ ਦੇ ਵਿੱਚ ਖੋਜ ਹੋ ਰਹੀ ਆ ਉਹ ਬਿਮਾਰੀਆਂ ਦੇ ਖਾਤਰ ਜਿਹੜੀ ਹੋ ਰਹੀ ਆ, ਜਿਹੜੀ ਮਤਲਬ ਦੁਨੀਆ ਦਾ ਜਿਹੜਾ ਆਹ ਵਾਤਾਵਰਨ ਦਾ ਢਾਂਚਾ ਬਦਲਿਆ, ਜਿਹੜਾ ਬੀਜਾਂ ਦਾ ਢਾਂਚਾ ਬਦਲਿਆ ਬੀਜਾਂ ਦਾ, ਇਹ ਸਾਰਾ ਜੱਬ ਹੀ ਇਹ ਬਾਇਓਟੈਕਨੋਲੋਜੀ ਨੇ ਖੜਾ ਕੀਤਾ। ਮਤਲਬ ਉਹਨਾਂ ਨੇ ਇਸ ਤਰੀਕੇ ਬੀਜਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਕਿ ਖੋਜਾਂ ਨੇ ਹੌਲੀ ਹੌਲੀ ਇਸ ਤਰ੍ਹਾਂ ਦਾ ਪਾਸਾ ਪਲਟ ਦਿੱਤਾ ਕਿ ਸੰਸਾਰ ਖੋਜਾਂ ਦੇ ਮੁਤਾਬਕ ਚੱਲਣ ਲੱਗ ਪਿਆ। ਚਾਹੀਦਾ ਇਹ ਹੁੰਦਾ ਕਿ ਸੰਸਾਰ ਦੇ ਮੁਤਾਬਕ ਖੋਜਾਂ ਹੋਣ, ਤਾਂ ਇਸ ਲਈ ਇਹ ਸਾਡੇ ਸਾਹਮਣੇ ਸਿੱਖਿਆ ਦੇ ਵਪਾਰੀਕਰਨ ਵਿੱਚੋਂ ਅਸੀਂ ਜਿਹੜੀ ਗੱਲ ਸਿੱਖ ਲਈ ਉਹ ਸਾਡੇ ਸਾਹਮਣੇ ਸਮੱਸਿਆ ਬਣ ਗਈ। ਅਗਲੀ ਗੱਲ ਇਹ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਿੱਖਿਆ ਨਿੱਜੀ ਸੰਸਥਾਵਾਂ ਕਰਕੇ ਬਦਲਣ ਲੱਗੀਆਂ। ਜਿਹੜੀ ਹੁਣ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਆ 2020 ਵਾਲੀ, ਪਹਿਲਾਂ ਸਰਕਾਰ ਦੇ ਵਿੱਚ ਭਾਰਤ ਦੇ ਵਿੱਚ 6 ਸਾਲ ਦਾ ਬੱਚਾ ਦਾਖਲ ਹੋ ਸਕਦਾ ਸੀ ਅਤੇ ਹੁਣ ਉਹਨਾਂ ਨੇ ਖਿੱਚ ਕੇ ਨੀਵਾਂ 3 ਸਾਲ ਤੱਕ ਲੈ ਆਉਂਦਾ ਅਤੇ ਉਹ 3 ਸਾਲ ਮਾਪਿਆਂ ਕੋਲੋਂ ਬੱਚਾ ਹੋਰ ਖੋਲਿਆ। ਇਹਦੇ ਵਿੱਚ ਸਰਕਾਰ ਦਾ ਵੀ ਹਿੱਤ ਹੈ ਕਿਉਂਕਿ ਸਰਕਾਰ ਬੱਚੇ ਨੂੰ ਨੈਸ਼ਨਲਾਈਜੇਸ਼ਨ, ਜਨਗਣ ਮਨ, ਉਹੀ ਸਾਰਾ ਕੁਝ ਜਿਹੜਾ ਭਾਰਤੀ ਢਾਂਚਾ ਕਿ ਹਮਾਰਾ ਏਕ ਭਾਰਤ ਆ, ਅਸੀਂ ਏਕ ਹਾਂ, ਚਾਹੇ ਜੋ ਮਰਜ਼ੀ ਤੁਹਾਡੇ ਇੱਥੇ ਸਾਨੂੰ ਪਤਾ ਵੀ ਸੈਂਕੜੇ ਕਲੇਸ਼ ਨੇ, ਉਹ ਸਰਕਾਰ ਉਹ ਸਿਖਾਉਣਾ ਚਾਹੁੰਦੀ ਆ। ਉਹ ਸਿੱਖੇ ਦੇ ਵਿੱਚ ਸਰਕਾਰ ਕੀ ਕਰਦੀ ਆ ਕਿ ਉਹਨਾਂ ਨੇ ਬੱਚੇ ਦੇ 3 ਸਾਲ ਹੋਰ ਘੱਟ ਕਰ ਦਿੱਤੇ, ਪਰ ਉਹਦਾ ਨਿੱਜੀ ਸੰਸਥਾਵਾਂ ਨੂੰ ਕੀ ਫਾਇਦਾ ਹੋ ਗਿਆ ਕਿ ਬੱਚਾ 3 ਸਾਲ ਪਹਿਲਾਂ ਆ ਗਿਆ, ਹੋਰ 3 ਸਾਲ ਦੀ ਫੀਸ ਆਉਣ ਲੱਗ ਗਈ। ਜਿਹੜੇ ਬੱਚੇ ਨੇ ਕੇਵਲ 12 ਸਾਲ ਸਕੂਲ 'ਚ ਪੜ੍ਹਨਾ ਸੀ ਉਹ 15 ਸਾਲ ਪੜ੍ਹਨ ਲੱਗ ਗਏ। ਤਾਂ ਫਿਰ ਇੱਕ ਜਿਹੜਾ ਹਾਇਰ ਐਜੂਕੇਸ਼ਨ ਦੇ ਵਿੱਚ ਕੀ ਆ ਕਿ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਬਣਨਾ ਅਤੇ ਉਹਦੇ ਨਾਲ ਇਹਨਾਂ ਨੇ ਅਜੇ ਉਹ ਲਾਗੂ ਤਾਂ ਨਹੀਂ ਹੋਇਆ ਉਸ ਤਰੀਕੇ, ਉਹਨਾਂ ਨੇ ਇਹ ਸੋਚਿਆ ਕਿ ਅਸੀਂ ਸਾਰੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਇਹ ਭੰਨ ਦੇਣੀਆਂ ਨੇ ਅਤੇ ਹਰੇਕ ਜਿਹੜਾ ਕਾਲਜ ਜਾਂ ਸੰਸਥਾ ਉਹ ਯੂਨੀਵਰਸਿਟੀ ਜਾਂ ਆਟੋਨਮਸ ਹੋ ਜਾਣਾ, ਉਸਨੂੰ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਹੀ ਕਾਬੂ ਕਰੇਗਾ। ਇਹ ਬੜੇ ਸਿੱਧੇ ਰੂਪ ਦੇ ਵਿੱਚ ਕੀ ਆ ਕਿ ਭਾਰਤ ਦੀ ਜਿਹੜੀ ਪਛਾਣ ਹੈ ਹਿੰਦੁਸਤਾਨ ਦੀ ਉਹ ਇੱਥੋਂ ਦੀ ਸਥਾਨਕਤਾ ਹੈ। ਜੇ ਸਥਾਨਕਤਾ ਭੰਨ ਦਿੱਤੀ, ਮੰਨ ਲਓ ਵੀ ਹਰੇਕ ਕਾਲਜ ਦਿੱਲੀ ਦੀ ਇੱਕ ਸੰਸਥਾ ਨਾਲ ਜੁੜਿਆ ਹੋਇਆ, ਤਾਂ ਉਹਨਾਂ ਨੇ ਉਹਨਾਂ ਨੂੰ ਕਾਬੂ ਕਰਨਾ ਸ਼ੁਰੂ ਕਰ ਦੇਣਾ। ਤਾਂ ਇਹ ਜਿਹੜੀ ਸਥਾਨਕਤਾ ਦਾ ਸਮੂਹ ਭੰਨਣਾ ਇਹ ਇੱਕ ਇਹ ਭਾਰਤ ਦੀ ਸਿੱਖਿਆ ਨੀਤੀ ਦੇ ਵਿੱਚ ਮਤਲਬ ਇਹ ਨਿੱਜੀਕਰਨ ਕਰਕੇ ਇਹ ਸਾਡੇ ਸਾਹਮਣੇ ਸਮੱਸਿਆ ਆ ਗਈ। ਅੱਛਾ, ਕੋਰਸਾਂ ਵਿੱਚ ਇੰਨਾ ਅਤੇ ਕਾਲਜਾਂ ਸੰਸਥਾਵਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਗਿਆ, ਬਲਕਿ ਸਿੱਖਿਆ ਦਾ ਜੇ ਥੋੜ੍ਹਾ ਵਿਅੰਗ ਨਾਲ ਕਹਿਣਾ ਹੋਵੇ ਇੰਨਾ ਵਿਕਾਸ ਹੋ ਗਿਆ ਕਿ ਸਾਨੂੰ ਹੁਣ ਵਿਦਿਆਰਥੀ ਨਹੀਂ ਮਿਲਦੇ ਉਸ ਵਿਕਾਸ ਖਾਤਰ, ਸਾਨੂੰ ਵਿਦਿਆਰਥੀ ਬਾਹਰੋਂ ਮੁੱਲ ਲੈ ਕੇ ਆਉਣੇ ਪੈਂਦੇ ਨੇ ਜਾਂ ਵਿਦਿਆਰਥੀ ਸਾਨੂੰ ਦਲਾਲਾਂ ਰਾਹੀਂ ਕਿਸੇ ਨਾ ਕਿਸੇ ਰੂਪ ਵਿੱਚ ਲੈ ਕੇ ਆਉਣੇ ਪੈਂਦੇ ਨੇ। ਇੱਕੋ ਸੰਸਥਾ ਦੇ ਵਿੱਚ ਇੱਕ ਕੋਰਸ ਵਾਲੇ ਦੂਜੇ ਕੋਰਸ ਵਿੱਚ ਜਾਣ ਤੋਂ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਨੇ। ਮੰਨ ਲਓ ਮੈਂ ਬੈਠਾ ਹੋਵਾਂ ਐਡਮਿਸ਼ਨ ਸੈੱਲ 'ਚ, ਮੈਂ ਕਹਾਂਗਾ ਵੀ MA ਪੰਜਾਬੀ ਕਰ, MA ਇਤਿਹਾਸ ਦਾ ਮਤਲਬ ਕੀ ਹੈ? ਤਾਂ ਇਹ ਜਿਹੜੀ ਇਹ ਬਿਮਾਰੀਆਂ ਸਾਡੇ ਅੰਦਰ ਬੰਦਿਆਂ ਵਜੋਂ ਵੀ ਆ ਗਈਆਂ ਅਤੇ ਸੰਸਥਾਵਾਂ ਵਜੋਂ ਆ ਗਈਆਂ, ਇਹ ਬਹੁਤ ਵੱਡੀਆਂ ਹੋ ਗਈਆਂ। ਜਿਹੜੀ ਸੱਭਿਆਚਾਰਾਂ ਦੀ ਸਥਾਨਕਤਾ ਉਹਦੇ 'ਤੇ ਸਵਾਲ ਆ ਖੜਿਆ ਹੋਇਆ, ਤਾਂ ਇਹ ਕਾਰਪੋਰੇਟ ਪੂੰਜੀਵਾਦ ਲਈ ਵੀ ਫਾਇਦੇਮੰਦ ਹੈ ਅਤੇ ਇਹ ਸਰਕਾਰ ਲਈ ਵੀ ਫਾਇਦੇਮੰਦ ਹੈ, ਸਿੱਖਾਂ ਲਈ ਹੈ, ਪੰਜਾਬ ਲਈ ਹੈ ਅਤੇ ਪੰਜਾਬ ਦੇ ਵਿੱਚ ਵੱਸਦੇ ਚਾਹੇ ਕਿਸੇ ਵੀ ਹਿੰਦੂ ਲਈ ਵੀ ਹੈ, ਸਿੱਖ ਲਈ ਵੀ ਹੈ, ਸਾਰਿਆਂ ਲਈ ਹੈ। ਪੰਜਾਬ ਦੇ ਹਿੰਦੂ ਵੀ ਇਹ ਬਿਲਕੁਲ ਨਾ ਸੋਚ ਲੈਣ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆ ਜਾਂ ਰਾਸ਼ਟਰੀਕਰਨ ਹੈ ਇਹ ਉਹਨਾਂ ਦਾ ਫਾਇਦਾ ਪੂਰਾ ਨਹੀਂ ਕਰਨਾ, ਬਸ ਇਹ ਆ ਵੀ ਤੁਸੀਂ ਇਹ ਰਿਵਾਜ਼ ਦੇ ਵਿੱਚ ਫਿਰੀ ਜਾਓ ਅਤੇ ਤੁਹਾਨੂੰ ਉਹਦਾ ਫਾਇਦਾ ਕੋਈ ਨਹੀਂ ਹੋਣਾ, ਨੁਕਸਾਨ ਹੀ ਹੋਣਾ ਆਖੀ। ਅੱਛਾ, ਸਭ ਤੋਂ ਵੱਡੀ ਜਿਹੜੀ ਅਗਲਾ ਨੁਕਸਾਨ ਹੋਇਆ ਕਿ ਅਯੋਗ ਡਿਗਰੀਧਾਰੀ ਪੈਦਾ ਕੀਤੇ, ਉਹ ਬੰਦਿਆਂ ਨੂੰ ਡਿਗਰੀਆਂ ਮਿਲ ਗਈਆਂ ਜਿਹੜੇ ਬੰਦੇ ਅਯੋਗ ਨੇ। 2019 ਦੇ ਵਿੱਚ ਇੱਕ ਰਿਪੋਰਟ ਆਈ, ਉਹ ਬਹੁਤ ਵੱਖੋ ਵੱਖਰੇ ਅਖਬਾਰਾਂ ਨੇ ਛਾਪੀ, ਨੈਸ਼ਨਲ ਇੰਪਲਾਇਬਿਲਟੀ ਰਿਪੋਰਟ ਫਾਰ ਇੰਜੀਨੀਅਰ 2019 'ਚ, ਉਹ ਕਹਿੰਦੇ 80% ਤੋਂ ਵੱਧ ਜਿਹੜੇ ਇੰਜੀਨੀਅਰ ਨੇ ਉਹ ਡਿਗਰੀ ਹੈਗੀ ਉਹਨਾਂ ਕੋਲ ਪਰ ਕੰਮ ਨਹੀਂ ਆਉਂਦਾ, ਤਾਂ ਹੀ ਉਹ ਨਿਯੁਕਤੀਆਂ ਨਹੀਂ ਹੁੰਦੀਆਂ। ਇਹ ਜਿਹੜਾ ਬੰਦਿਆਂ ਦੇ ਅੰਦਰ ਹੁਨਰ ਸੀ, ਜਿਵੇਂ ਹੁਣ ਮੰਨ ਲਓ ਮੈਂ ਖੇਤੀ ਵਾਲੇ ਟੱਬਰ 'ਚ ਜੰਮਿਆ, ਮੈਨੂੰ ਕਿਸੇ ਨੇ ਨਹੀਂ ਖੇਤੀ ਸਿਖਾਈ, ਮੈਂ ਆਪ ਹੀ ਸਿੱਖ ਗਿਆ। ਹੁਣ ਜੇ ਕੋਈ ਤਖਾਣ ਦੇ ਘਰ ਜੰਮਦਾ ਤਾਂ ਉਸਨੂੰ ਕਿਸੇ ਨੂੰ ਜ਼ਰੂਰੀ ਨਹੀਂ ਸੀ ਕਾਰਪੇਂਟਰ ਦੀ ਜਿਹੜੀ ਉਹ ਡਿਗਰੀ ਸਿਖਾਉਣੀ, ਉਹ ਖੁਦ ਸਿੱਖ ਜਾਂਦਾ ਸੀ। ਇਹ ਜਿਹੜੀ ਨਵੀਂ ਸਿੱਖਿਆ ਨੇ ਸਾਡੇ ਸਾਹਮਣੇ, ਖਾਸ ਕਰ ਨਿੱਜੀ ਸਿੱਖਿਆ ਨੇ ਇਸ ਤਰ੍ਹਾਂ ਦਾ ਮਸਲਾ ਖੜਾ ਕੀਤਾ, ਹੁਨਰ ਦੇ ਨਾਂ 'ਤੇ ਸਾਨੂੰ ਸਾਡੀ ਆਪਣੇ ਅਸਲੇ ਤੋਂ ਪੱਟਿਆ, ਪਰ ਉਸ ਹੁਨਰ ਉਹ ਹੁਨਰ ਸਾਨੂੰ ਆਇਆ ਕਿਸੇ ਨੂੰ ਨਹੀਂ ਆਇਆ। ਅਗਲਾ ਨੁਕਤਾ ਜਿਹੜਾ ਮਹੱਤਵਪੂਰਨ ਨੁਕਤਾ ਉਹ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਜੇ ਤੁਸੀਂ UN ਦੀ ਵੀ ਵੇਖੋ, ਜਿਹੜੀ ਉਹਨਾਂ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ
ਕਰਿਆ 1948 ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਯੂਨੀਵਰਸਿਟੀਆਂ ਦੇ ਵਿੱਚ ਅਕੈਡਮਿਕ ਫਰੀਡਮ ਦਾ ਬੁਨਿਆਦੀ ਰਾਈਟ ਹੈ। ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜੀ ਅਕੈਡਮਿਕ ਫਰੀਡਮ ਹੈ ਉਹ ਭਾਰਤ ਦੇ ਵਿੱਚ ਸਭ ਕਿਤੇ ਸਿੱਖਿਆ ਸੰਸਥਾਵਾਂ ਦੇ ਵਿੱਚ ਉਹ ਚੈਲੇਂਜ ਹੈ। ਭਾਰਤ ਸਰਕਾਰ ਤਾਂ ਇੱਦਾਂ ਕਰਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਇੱਕ ਕਾਨਫਰੰਸ ਰੱਖ ਲਈ ਇੱਕ ਕਿਸੇ ਯੂਨੀਵਰਸਿਟੀ ਨੇ, ਉਹ ਇੱਥੋਂ ਦੇ ਉਹ ਕਾਨਫਰੰਸ ਸੀ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਨੇ, ਜਿਹੜੇ ਖਾਸ ਕਰ ਸਬਾਲਟਰਨ ਲੋਕ ਨੇ ਜਾਂ ਜਿਹੜੇ ਘੱਟ ਗਿਣਤੀਆਂ ਨੇ, ਉਹਨਾਂ ਨੂੰ ਸ਼ੋਸ਼ਣ ਕਿਵੇਂ ਕੀਤਾ ਜਾ ਰਿਹਾ, ਉਹਨਾਂ ਨਾਲ ਧੱਕਾ ਕਿਵੇਂ ਹੋ ਰਿਹਾ, ਤਾਂ ਵੀ ਉਹਨਾਂ ਨੇ ਇਹ ਸਿੱਖਿਆ ਜਿਹੜੀ ਇਹ ਇੱਦਾਂ ਕਿਉਂ ਕਰੀ। ਤਾਂ ਇਹ ਭਾਰਤ ਸਰਕਾਰ ਨੇ ਉੱਥੇ ਜਾ ਕੇ ਉਹਨਾਂ ਦੀ ਕਾਨਫਰੰਸ ਦੇ ਵਿੱਚ ਖਲਲ ਪਾਈ। ਇੱਥੇ ਤਾਂ ਕਿਸੇ ਬੰਦੇ ਨੂੰ ਬੋਲਣ ਤੋਂ ਰੋਕਣ ਦਾ ਬੜਾ ਸੌਖਾ ਜਿਹਾ ਕੰਮ ਹੈ। ਦੇਖੋ, ਸਿਆਸੀ ਦਖਲ ਤਾਂ ਰੁਕ ਗਿਆ, ਪਰ ਜਿਹੜੀਆਂ ਨਿੱਜੀ ਸੰਸਥਾਵਾਂ ਸੀ ਅਤੇ ਨਿੱਜੀ ਮਾਲਕਾਂ ਦੇ ਹਿੱਤ ਸੀ, ਉਹਨਾਂ ਖਿਲਾਫ਼ ਤੁਸੀਂ ਬੋਲ ਨਹੀਂ ਸੀ ਸਕਦੇ। ਮੇਰੇ ਨਾਲ ਵਾਪਰੀ ਸਾਡੀ ਯੂਨੀਵਰਸਿਟੀ ਦੇ ਵਿੱਚ, ਅਸੀਂ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਅਤੇ ਵਰਤਮਾਨ ਰਾਜਨੀਤੀ ਦੇ ਸੰਦਰਭ ਵਿਸ਼ੇ 'ਤੇ ਸੈਮੀਨਾਰ ਰੱਖ ਲਿਆ, ਸੈਮੀਨਾਰ ਰੱਖ ਲਿਆ। ਸੈਮੀਨਾਰ ਤੋਂ ਇੱਕ ਦਿਨ ਪਹਿਲਾਂ ਮੈਨੂੰ ਵਾਈਸ ਚਾਂਸਲਰ ਸਾਹਿਬ ਦਾ ਫੋਨ ਆਇਆ, ਕਹਿੰਦੇ ਸਕੱਤਰ ਸਾਹਿਬ ਦੇ ਕਮਰੇ 'ਚ ਆਓ। ਉੱਥੇ ਉਦੋਂ ਸਾਡੇ ਉਹ ਸਕੱਤਰ ਹੁੰਦੇ ਸੀ ਟਰੱਸਟ ਦੇ, ਉਹਨਾਂ ਨੇ ਮੈਨੂੰ ਕਹਿੰਦੇ ਜੀ ਵੀ ਇਹ ਤੁਸੀਂ ਰਾਜਨੀਤੀ ਸ਼ਬਦ ਨਾ ਵਰਤੋ। ਮੈਂ ਕਿਹਾ ਵੀ ਰਾਜਨੀਤੀ ਕਿਉਂ ਨਾ ਵਰਤੀਏ? ਉਹ ਕਹਿੰਦੇ ਜੀ ਇਹ ਤਾਂ ਗਲਤ ਹੈ, ਕੋਈ ਬੰਦਾ ਗਲਤ ਬੋਲ ਜੂ ਇੱਥੇ ਔਖਾ ਹੋ ਸਾਨੂੰ। ਮੈਂ ਉਹਨਾਂ ਨੂੰ ਕਿਹਾ ਮਹਾਂ ਜੀ ਬਿਲਕੁਲ ਨਹੀਂ ਇੱਦਾਂ ਹੋ ਸਕਦਾ, ਵੀ ਬੰਦਾ ਕੋਈ ਨਹੀਂ ਬੋਲੂ, ਮੈਂ ਸਾਰੇ ਬੰਦਿਆਂ ਨੂੰ ਜਾਣਦਾ, ਜੋ ਆਖਾਂਗੇ ਆਪਾਂ ਕਹਿ ਲਾਂਗੇ। ਉਹ ਨਾ ਮੰਨੇ ਜੀ, ਮੈਨੂੰ ਕਹਿੰਦੇ ਜੀ ਇਹਦਾ ਰਾਜਨੀਤੀ ਦੀ ਥਾਂ 'ਤੇ ਸਮਾਜ ਕਰ ਲਓ। ਮੈਂ ਉਹਨਾਂ ਨੂੰ ਆਖਿਆ ਵੀ ਸਮਾਜ ਤਾਂ ਇੱਕ ਵੱਖਰਾ ਡਿਸਿਪਲਿਨ ਹੈ, ਸੋਸ਼ੀਆਲੋਜੀ ਵੱਖਰਾ ਡਿਸਿਪਲਿਨ, ਪੋਲੀਟੀਕਲ ਸਾਇੰਸ ਵੱਖਰਾ ਡਿਸਿਪਲਿਨ ਹੈ, ਇਹ ਕਿਵੇਂ ਹੋ ਸਕਦਾ? ਅਖੀਰ ਨੂੰ ਜੀ ਉਹ ਨਾ ਟਲੇ ਅਤੇ ਅਸੀਂ, ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਟਰਮ ਵੱਡੀ ਕਰ ਲੈਂਦੇ ਹਾਂ, ਵੀ ਵਰਤਮਾਨ ਰਾਜਨੀਤੀ ਦੀ ਥਾਂ 'ਤੇ ਵਰਤਮਾਨ ਸੰਸਾਰ ਕਰ ਲੈਂਦੇ ਹਾਂ, ਚੱਲ ਬੰਦੇ ਬੋਲਣਗੇ ਵਿੱਚ ਰਹਿ ਜਾਓ। ਸਾਡੀ ਸਿੱਖਾਂ ਦੀ ਸੰਸਥਾ, ਗੁਰੂ ਨਾਨਕ ਸਾਹਿਬ ਦੇ ਸੈਮੀਨਾਰ, ਅਤੇ ਇੱਕ ਜਿਹੜਾ ਬੰਦਾ ਰਾਜ, ਜਿਹੜਾ ਮਤਲਬ ਪੋਲੀਟੀਕਲ ਬੰਦਾ ਹੈ ਅਤੇ ਉਹ ਸਾਡੇ ਸਕੱਤਰ ਬਣਿਆ ਹੋਇਆ, ਅਤੇ ਉਹਨੇ ਸਾਡੀ ਰਿਸਰਚ ਦੇ ਵਿੱਚ, ਸਾਡੀ ਅਕੈਡਮਿਕ ਫਰੀਡਮ ਦੇ ਵਿੱਚ ਇੱਦਾਂ ਖਲਲ ਪਾਈ। ਹੁਣ ਇਹ ਜਿਹੜੇ ਨਿੱਜੀ ਅਦਾਰੇ ਨੇ ਦੁਨੀਆ ਦੇ ਵਿੱਚ, ਜੇ ਵੇਖੋ ਜਿਵੇਂ ਚੀਨ ਹੈ, ਵੀਅਤਨਾਮ ਹੈ, ਕਿਊਬ ਹੈ, ਇਹਨਾਂ ਨੇ ਜਮ੍ਹਾਂ ਫਰੀਡਮ ਬੰਦ ਕਰ ਰੱਖੀ ਹੈ। ਤਾਂ ਹਿੰਦੁਸਤਾਨ ਦੇ ਵਿੱਚ ਇਹ ਹਾਲ ਹੈ, ਮਤਲਬ ਨਿੱਜੀ ਮਾਲਕਾਂ ਅਤੇ ਸਰਕਾਰ ਦੇ ਜਿਹੜੇ ਹਿੱਤ ਨੇ ਉਹ ਸਾਂਝੇ ਹੋ ਗਏ। ਤਾਂ ਅਖੀਰ ਨੂੰ ਕੁਛ ਗੱਲਾਂ ਇਹ ਨੇ ਕਿ ਜਿਹੜੀ ਖੁਦਮੁਖਤਿਆਰੀ ਕਿਸੇ ਬੋਲੀ ਦੀ ਲੋੜ ਹੁੰਦੀ ਹੈ, ਉਹਦੀ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਕਿ ਉਹ ਵਿੱਦਿਆ ਦਾ ਮਾਧਿਅਮ ਬੋਲੀ ਹੋਵੇ। ਜੇ ਅਸੀਂ ਸਿੱਖਾਂ ਵਜੋਂ ਗੱਲ ਕਰਨੀ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਜ਼ੋਰ ਲਾਉਣਾ ਚਾਹੀਦਾ ਇਸ ਗੱਲ ਲਈ ਕਿ ਵਿੱਦਿਆ ਦਾ ਮਾਧਿਅਮ ਪੰਜਾਬੀ ਹੋਵੇ। ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਿਦੇਸ਼ੀ ਰੁਝਾਨ ਵੀ ਆ ਉਹ ਇਹ ਨਿੱਜੀ ਸੰਸਥਾਵਾਂ ਦੀ ਦੇਣ ਹੈ। ਤਾਂ ਜੇ ਅਸੀਂ ਵਿੱਦਿਆ ਦਾ ਮਾਧਿਅਮ ਪੰਜਾਬੀ ਕਰਾਂਗੇ ਤਾਂ ਬਹੁਤ ਹੱਦ ਤੱਕ ਜਿਹੜੀ ਸਥਾਨਕਤਾ ਉਹ ਸਾਨੂੰ ਲਾਹਾ ਦੇਵੇਗੀ। ਇੱਕ ਅਗਲਾ ਨੁਕਤਾ ਇਹ ਹੈ ਕਿ ਸਾਨੂੰ ਹੋਮ ਸਕੂਲਿੰਗ ਲਈ ਜ਼ੋਰ ਲਾਉਣਾ ਚਾਹੀਦਾ ਕਿ ਅਸੀਂ ਆਪਣੇ ਬੱਚੇ ਨੂੰ ਆਪ ਪੜ੍ਹਾਉਣ ਦਾ ਹੱਕ ਰੱਖਦੇ ਹੋਈਏ। ਮੰਨ ਲਓ ਮੇਰਾ ਜੀ ਨਹੀਂ ਕਰਦਾ ਮੈਂ ਕਿਸੇ ਸੰਸਥਾ ਵਿੱਚ ਭੇਜਣਾ, ਤਾਂ ਮੈਨੂੰ ਹੋਮ ਸਕੂਲਿੰਗ ਦੀ ਲੋੜ ਹੈ। ਅੱਛਾ, ਅਗਲਾ ਇਹ ਹੈ ਕਿ ਬਿਲਕੁਲ ਅਖੀਰ ਕਿ ਸਾਡੀਆਂ ਸਿੱਖ ਸੰਸਥਾਵਾਂ ਨੇ, ਇੱਕ ਬਹੁਤ ਵੱਡਾ ਐਜੂਕੇਸ਼ਨਿਸਟ ਹੋਇਆ ਪੌਲੋ ਫਰੈਰੀ, ਉਹਦੀਆਂ ਦੋ ਕਿਤਾਬਾਂ ਨੇ, ਪੈਡਾਗੋਜੀ ਆਫ ਦਾ ਓਪ੍ਰੈਸਡ, ਇੱਕ ਪੈਡਾਗੋਜੀ ਆਫ ਫਰੀਡਮ। ਪੈਡਾਗੋਜੀ ਆਫ ਫਰੀਡਮ ਦੇ ਵਿੱਚ ਉਹ ਕਹਿੰਦਾ ਵੀ ਕਿ ਜਦੋਂ ਬੰਦੇ ਨੇ ਸਿਆਣਾ ਹੋਇਆ ਮਾੜਾ ਮੋਟਾ, ਬੋਲੀ ਉਹਨੇ ਸਿੱਖੀ ਹੋਮੋ ਸੇਪੀਅਨ ਤੋਂ ਬਾਅਦ, ਉਹਨੇ ਕਹਿੰਦਾ ਚੰਗੇ ਅਤੇ ਮਾੜੇ ਵਿੱਚ, ਨੇਕੀ ਅਤੇ ਬਦੀ ਵਿੱਚ ਫਰਕ ਕਰ ਲਿਆ। ਉਦੋਂ ਕਹਿੰਦਾ ਉਹਨੂੰ ਸਾਫ਼ ਪਤਾ ਲੱਗ ਗਿਆ ਸੀ ਕਿ ਨੇਕੀ ਵਾਲਾ ਰਾਹ ਚੁਣੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ। ਦੂਜਾ, ਉਹ ਕਹਿੰਦਾ ਅਧਿਆਪਕ ਦਾ ਕੰਮ ਟ੍ਰਾਂਸਫਰ ਆਫ ਨੌਲੇਜ ਨਹੀਂ ਹੈਗਾ, ਉਹਨੇ ਇਸ ਤਰ੍ਹਾਂ ਦੇ ਰਿਸੋਰਸ ਪੈਦਾ ਕਰਨੇ ਕਿ ਬੱਚਾ ਜਾਂ ਸਿੱਖਿਆ ਆਪਣੇ ਆਪ, ਨੌਲੇਜ ਆਪਣੇ ਆਪ ਪ੍ਰੋਡਿਊਸ ਹੋਣ ਲੱਗੇ। ਅਸੀਂ ਟ੍ਰਾਂਸਫਰ ਨਹੀਂ ਕਰਨੀ ਕੇਵਲ, ਅਸੀਂ ਇਸ ਤਰ੍ਹਾਂ ਦੀ ਕਿ ਸਿੱਖਿਆ ਜਾਂ ਗਿਆਨ ਪੈਦਾ ਹੋਣ ਲੱਗੇ। ਤਾਂ ਸਿੱਖ ਸੰਸਥਾਵਾਂ ਨੂੰ, ਸਕੱਤਰ ਸਾਹਿਬ, ਤੁਹਾਡੀ ਜ਼ਿੰਮੇਵਾਰੀ ਕਿ ਇਹ ਜ਼ਿੰਮੇਵਾਰੀ ਸਾਨੂੰ ਫੜਨੀ ਪੈਣੀ ਹੈ ਕਿ ਜਿਹੜੀਆਂ ਅਸੀਂ ਹੁਣ ਦੇਖੋ ਮੰਨਦੇ ਹਾਂ ਕਿ ਤੂੰ ਕਰਤਾ ਸਚਿਆਰ, ਮਤਲਬ ਸਿੱਖਾਂ ਦੇ ਵਿੱਚ ਨੇਕੀ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਤਾਂ ਇਸ ਲਈ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ ਵਾਲੀ ਅਸੀਂ ਸਿੱਖਿਆ ਦੇਈਏ। ਇਹ ਨਾ ਦੇਈਏ ਕਿ ਜਿਹੜੀ ਅੰਗਰੇਜ਼ਾਂ ਨੇ 150 ਸਾਲ ਪਹਿਲਾਂ ਨੌਕਰੀ ਵਾਲੀ ਚਾਬੀ ਸਾਨੂੰ ਲਾ ਦਿੱਤੀ ਸੀ, ਅੱਜ ਵੀ ਸਾਡੇ ਉਹੀ ਚਾਬੀ ਚੱਲਦੀ ਹੈ, ਉਸੇ ਚਾਬੀ ਕਰਕੇ ਅਸੀਂ ਔਖੇ ਹੋਏ ਪਏ ਹਾਂ। ਅਤੇ ਅਗਲਾ ਕਿ ਜਿਹੜਾ ਆਮ ਸਿੱਖ ਸਮਾਜ ਅਤੇ ਰਾਸ਼ਟਰਵਾਦ ਦੀ ਜਿਹੜੀ ਆਪਣੇ ਲੰਮੀ ਕਵਾਇਦ ਹੈ ਬਸਤੀਵਾਦ ਦੀ, ਉਹਦੇ ਵਿੱਚ ਫਸਿਆ ਹੋਇਆ, ਉਹਦੇ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕੱਢ ਸਕਦੀ ਹੈ। ਇਹ ਦੂਜੀ ਇਹਨਾਂ ਦੀ ਇਹ ਜ਼ਿੰਮੇਵਾਰੀ ਆ। ਅਤੇ ਅਸੀਂ ਹੁਣ ਜੀ ਜਿਹੜੀਆਂ ਇਹ ਬਿਮਾਰੀਆਂ ਨੇ, ਇਹ ਬਿਮਾਰੀਆਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਕਤੀ ਪਾ ਲਈਏ। ਉਹ ਮੁਕਤੀ ਪਾਉਣ ਖਾਤਰ ਹੋਰ ਲੰਮੀ ਚਰਚਾ ਕਰੋ ਵੱਖੋ ਵੱਖਰੀਆਂ ਥਾਵਾਂ 'ਤੇ।
ਤੇ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਤੁਹਾਡੇ ਕੋਲੇ ਹਾਜ਼ਰ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਅੰਤ ਦਾ ਦਿਨ ਆ ਗਿਆ। ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ, ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ੍ਹ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। 5 ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀ ਉਸ ਰਾਤ ਘਿਓ ਦੀਆਂ ਜੋਤਾਂ ਜੱਗੀਆਂ।